ਅਸਲਾਮ ਅਲੈਕੁਮ ਜੀ ਨਾਜ਼ਰੀਨ, ਮੈਂ ਤੁਹਾਡਾ ਸੱਜਣ ਅਤੇ ਮਿੱਤਰ ਅਰਬਾਜ਼ ਸਾਦਿਕ, ਅਤੇ ਤੁਸੀਂ ਵੇਖ ਰਹੇ ਹੋ ਕਬੂਤਰਬਾਜ਼ੀ ਇੱਕ ਫਨ ਯੂਟਿਊਬ ਚੈਨਲ। ਅਤੇ ਅਸੀਂ ਇੱਕਦਾਂ ਫਿਰ ਹਾਜ਼ਰ ਹੋਏ ਹਾਂ ਉਸਤਾਦ ਤਾਰਕ ਗੁੱਜਰ ਸਾਹਿਬ ਕੋਲ, ਜੋ ਕਿ ਮੇਰੇ ਹੀ ਮੋਸਟ ਫੇਵਰੇਟ ਉਸਤਾਦ ਨੇ। ਔਰ ਇਹਨਾਂ ਦੀ ਵੱਡੀ ਗੱਲ ਦੱਸਾਂ ਕਿ ਆਪਣਾ ਇਲਮ ਜਿਹੜਾ ਇਹਨਾਂ ਨੂੰ ਅੱਲਾਹ ਤਾਲਾ ਨੇ ਅਤਾ ਕੀਤਾ, ਛੁਪਾਉਂਦੇ ਨਹੀਂ, ਸ਼ੇਅਰ ਕਰਦੇ ਨੇ। ਅਤੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਇਹ ਨਵੀਂ ਵੀਡੀਓ ਕਰਨ ਲੱਗੇ। ਇਹਨਾਂ ਦੀ ਪਹਿਲੇ ਵੀ ਵੀਡੀਓ ਯੂਟਿਊਬ 'ਤੇ ਮੇਰੇ ਚੈਨਲ ਦੇ ਥਰੂ ਹੀ ਪਈ ਹੋਈ ਹੈ। ਅਤੇ ਮਾਸ਼ਾਅੱਲਾ ਬੜੀ ਹੀ ਕਮਾਲ ਦੀ ਗੁਫ਼ਤਗੂ ਹੋਏਗੀ ਅੱਜ। ਅਸੀਂ ਜ਼ਰਾ ਥੋੜ੍ਹਾ ਜਿਹਾ ਸਿਲੇਬਸ ਵੀ ਬਣਾਇਆ ਆਪਣੇ ਕੋਲ, ਅਤੇ ਅਸੀਂ ਸਿਲੇਬਸ ਦੇ ਮੁਤਾਬਿਕ ਚੱਲਾਂਗੇ। ਹਰ ਟੋਪਿਕ 'ਤੇ ਕੋਸ਼ਿਸ਼ ਕਰਾਂਗੇ ਗੱਲ ਕਰੀਏ, ਬਰੀਡਿੰਗ ਪੇਅਰ ਦੇ ਉੱਤੇ ਜਾਂ ਮੌਸਮ, ਗਰਮੀ, ਠੰਡਾ, ਗਰਮ, ਮੌਤਲ, ਸਾਰੇ ਹੀ ਟੋਪਿਕਸ ਦੇ ਉੱਤੇ ਗੱਲ ਕਰਾਂਗੇ। ਅਤੇ ਇਹਨਾਂ ਕੋਲ ਕਬੂਤਰ ਵੀ ਮਾਸ਼ਾਅੱਲਾ ਬਹੁਤ ਹੀ ਲਾਜਵਾਬ ਨੇ ਔਰ ਕਮਾਲ ਦੇ ਕਬੂਤਰ ਨੇ। ਇਹਨਾਂ ਨੇ ਬੜੇ ਅਰਸੇ ਤੋਂ ਸੰਭਾਲੇ ਹੋਏ ਨੇ ਔਰ ਉਸੇ ਬਰੀਡਾਂ ਨੂੰ ਹੀ ਲੈ ਕੇ ਆ ਚੱਲਦੇ ਪਏ ਨੇ। ਅਤੇ ਇਹਨਾਂ ਦੇ ਕਬੂਤਰਾਂ ਦੇ ਮੁਤਲਕ ਵੀ ਜਾਣਾਂਗੇ ਔਰ ਇਹਨਾਂ ਕੋਲ ਅਵੇਲੇਬਲ ਵੀ ਕੁਛ ਕਬੂਤਰ ਹੈਗੇ ਨੇ, ਉਹਨਾਂ ਦਾ ਸ਼ੌਕ ਵੀ ਤੁਹਾਨੂੰ ਕਰਾਵਾਂਗੇ। ਉਹ ਅਸੀਂ ਸ਼ੌਕ ਵਾਲੀ ਵੀਡੀਓ ਇੱਕ ਅਲੱਗ ਬਣਾਵਾਂਗੇ, ਕਿਉਂਕਿ ਜਦੋਂ ਬੰਦਾ ਸ਼ੌਕ ਕਰਾ ਰਿਹਾ ਹੁੰਦਾ ਜ਼ਰਾ ਥੋੜ੍ਹਾ ਜਿਹਾ ਪਸੀਨਾ ਵੀ ਆ ਜਾਂਦਾ, ਅਤੇ ਸ਼ੌਕ ਦਾ ਗੁਫ਼ਤਗੂ ਇਕੱਠੇ ਵੈਸੇ ਵੀ ਨਹੀਂ ਜਲਦੀ ਹੋ ਸਕਦਾ। ਅਤੇ ਉਹ ਅਸੀਂ ਵੀਡੀਓ ਲੈਦਾ ਕਰਾਂਗੇ, ਤੁਸੀਂ ਹੋਪ ਕਰਨਾ ਤੁਸੀਂ ਇਹ ਵਾਲੀ ਵੀਡੀਓ ਵੀ ਇੰਜੋਏ ਕਰੋਗੇ ਔਰ ਉਹ ਸ਼ੌਕ ਵਾਲੀ ਵੀਡੀਓ ਵੀ ਇੰਜੋਏ ਕਰੋਗੇ। ਤਾਰਕ ਸਾਹਿਬ ਦਾ ਮੈਂ ਨੰਬਰ ਤੁਹਾਨੂੰ ਦੇ ਦਾਂਗਾ, ਆਪਣੀ ਸਕਰੀਨ ਦੇ ਉੱਤੇ ਥੰਬਨੇਲ ਦੇ ਉੱਤੇ ਵੀ ਦੇ ਦਾਂਗਾ, ਡਿਸਕ੍ਰਿਪਸ਼ਨ ਬੋਕਸ 'ਚ ਵੀ ਦੇ ਦਾਂਗਾ। ਅਤੇ ਹੁਣ ਚੱਲੀਏ ਉਸਤਾਦ ਤਾਰਕ ਸਾਹਿਬ ਅਤੇ ਨਾਲ ਸਾਡੇ ਪਾਸ਼ਾ ਸ਼ਾਹ ਸਾਹਿਬ ਵੀ ਬੈਠੇ ਨੇ। ਅਸਲਾਮ ਅਲੈਕੁਮ ਤਾਰਕ ਸਾਹਿਬ। ਵਾਲੇਕੁਮ ਅਸਲਾਮ। ਉਸਤਾਦ ਜੀ, ਅੱਜ ਸਾਡੇ ਕੋਲ ਮਾਈਕ ਨਹੀਂ ਹੈਗਾ, ਤੁਸੀਂ ਥੋੜ੍ਹਾ ਜਿਹਾ ਨਾ ਉੱਚਾ ਬੋਲ। ਜੀ ਸਰ ਜੀ, ਬੋਲਾਂਗੇ। ਉਸਤਾਦ ਜੀ, ਕਿੰਨੇ ਅਰਸੇ ਤੋਂ ਮਾਸ਼ਾਅੱਲਾ ਤੁਸੀਂ ਸ਼ੌਕ ਕਰਦੇ ਪਏ ਹੋ? ਬਚਪਨ ਤੋਂ ਹੀ। ਬਚਪਨ ਦੇ ਸ਼ੌਕੀਨ ਹੈ? ਬਚਪਨ ਤੋਂ ਜਦੋਂ ਅੱਖਾਂ ਖੋਲੀਆਂ ਕਬੂਤਰ ਹੀ ਵੇਖੇ ਨੇ। ਸਹੀ ਗੱਲ। ਉਸਤਾਦ ਜੀ, ਮਾਸ਼ਾਅੱਲਾ ਤੁਹਾਡੇ ਕੋਲ ਤਦਾਦ 'ਚ ਕਬੂਤਰ ਹੈਗੇ ਨੇ ਔਰ ਡਿਫਰੈਂਟ ਟਾਈਪਸ ਆਫ ਡਿਫਰੈਂਟ ਬਰੀਡਸ ਹੈਗੀਆਂ ਨੇ ਕਬੂਤਰਾਂ ਦੀਆਂ, ਤੇ ਤੁਸੀਂ ਕਿੰਨੇ ਅਰਸੇ ਤੋਂ ਇਹ ਕਬੂਤਰਾਂ ਨੂੰ ਲੈ ਕੇ ਚੱਲਦੇ ਪਏ ਔਰ ਕਿਹੜੇ ਕਿਹੜੇ ਕਬੂਤਰ ਨੇ? ਇਹ ਜੀ ਅਸਲ 'ਚ ਨਾ ਕੁਛ ਕਬੂਤਰ ਸਾਡੇ ਨੇ ਦਾਦੇ ਵਾਲੇ, 1958 ਤੋਂ ਕਬੂਤਰ ਚੱਲਦੇ ਆ ਰਹੇ ਨੇ। ਗੱਲ ਸਮਝਦੇ ਹੋ? ਮੇਰੇ ਵਾਲਦ ਸਾਹਿਬ ਨੂੰ ਵੀ ਸ਼ੌਕ ਸੀ ਅਤੇ ਸਾਨੂੰ ਵੀ ਸ਼ੌਕ ਅੱਗੋਂ ਪੈ ਗਿਆ, ਅਤੇ ਉਹੀ ਕਬੂਤਰ ਸਾਡੇ ਕੋਲ ਚੱਲਦੇ ਆ ਰਹੇ। ਇੱਕ ਮੱਗਰ ਨੇ, ਤਿਆੜੀ ਨੇ, ਸਿਆਲਕੋਟੀ ਨੇ। ਸਿਆਲਕੋਟੀ ਨੇ ਡਿਫਰੈਂਟ ਟਾਈਪਸ ਆਫ ਬਰੀਡਸ ਹੈਗੀਆਂ ਨੇ। ਜਦੋਂ ਤੁਸੀਂ ਡਿਫਰੈਂਟ ਟਾਈਪਸ ਆਫ ਬਰੀਡ ਰੱਖਦੇ ਹੋ, ਤੁਸੀਂ ਕ੍ਰੋਸ ਬਰੀਡ ਵੀ ਕਰਦੇ ਹੋ ਆਪਸ 'ਚ, ਮਤਲਬ ਕਿ ਦੂਸਰੇ ਬਰੀਡਾਂ ਨੂੰ ਲਾਉਂਦੇ ਵੀ, ਉਹ ਕਿਸ ਤਰ੍ਹਾਂ ਫਿਰ ਤੁਸੀਂ ਮੈਨੇਜ ਕਰਦੇ ਹੋ? ਜਦੋਂ ਇੱਕ ਤਾਂ ਚਲੋ ਪਿਓਰ ਲਾ ਹੀ ਦਿੱਤਾ ਨਾ, ਉਹਦੇ 'ਚ ਚਲੋ ਫਰਕ ਹੁੰਦਾ, ਸੇਮ ਤਕਰੀਬਨ ਹੁੰਦਾ, ਬਲੱਡ ਚੇਂਜ ਕਰੀਦਾ ਹਰ 6 ਮਹੀਨੇ ਸਾਲ ਬਾਅਦ ਨਾ, ਇੱਕ ਬਰੀਡ ਮੁਸਲਸਲ ਲੱਗੀ ਰਹੇਗੀ ਉਹ ਇਨਬਰੀਡ ਹੋ ਜਾਂਦੀ, ਹਮਤਾ ਹੋ ਜਾਂਦੇ ਨੇ, ਉਹ ਫਿਰ ਖੂਬਸੂਰਤ ਰਹਿੰਦੇ ਨੇ, ਉੱਡਦੇ ਨਹੀਂ, ਵੇਖਣ ਨੂੰ ਉਹ ਬੜੇ ਲਾਜਵਾਬ ਕਬੂਤਰ ਹੁੰਦੇ ਨੇ, ਕਿਉਂਕਿ ਹਮਤਾ ਹੋ ਗਏ ਹੁੰਦੇ ਨੇ। ਉਹਨਾਂ ਨੂੰ ਫਿਰ ਬਲੱਡ ਤੇਜ਼ ਕਰਨ ਵਾਸਤੇ ਅਸੀਂ ਫਿਰ ਦੂਸਰੀ ਨਸਲ ਦਾ ਕਰਾਸ ਪਾਈਦਾ। ਸਾਨੂੰ ਚਾਹੀਦਾ ਹੋਵੇ ਨਾ ਕਿ ਵੀ ਇਹ ਨਸਲ ਮੁੱਕਦੀ ਪਈ, ਅਸੀਂ ਵਾਪਸ ਆਪਣੇ ਜੋ ਪਾ ਦਿਆਂਗੇ, ਸਾਡੇ ਕਬੂਤਰ ਫਿਰ ਬਿਹਤਰੀ ਵੱਲ ਚੱਲ ਜਾਣਗੇ। ਅਜ਼ਾਨ ਹੋ ਗਈ, ਜ਼ਰਾ ਫਿਰ ਇਸ ਤੋਂ ਬਾਅਦ ਵੀਡੀਓ ਕੰਟੀਨਿਊ ਕਰ ਲਈ। ਅੱਛਾ ਸਾਡੇ ਮੁਹਤਰਮ, ਤੁਹਾਡੀ ਗੱਲ ਹੋ ਰਹੀ ਸੀ ਬਰੀਡਿੰਗ ਦੇ ਉੱਤੇ, ਪੇਅਰਿੰਗ ਦੇ ਉੱਤੇ, ਹਾਂਜੀ, ਕ੍ਰੋਸ ਬਰੀਡ ਕਿਸ ਤਰ੍ਹਾਂ ਲਾਉਣੀ ਚਾਹੀਦੀ, ਕੀ ਚੀਜ਼ਾਂ ਵੇਖਣੀਆਂ? ਕ੍ਰਾਸ ਬਰੀਡ ਤੇ ਅਸੀਂ ਦੇਖੋ ਜੀ ਵੇਖਣੀ ਆ ਕਿ ਕਬੂਤਰ ਵੀ ਚੰਗਾ ਹੋਵੇ ਤੇ ਕਬੂਤਰੀ ਵੀ ਚੰਗੀ ਹੋਵੇ। ਕ੍ਰਾਸ ਦਾ ਮਤਲਬ ਇਹ ਵੇ ਕਿ ਦੋ ਨਸਲਾਂ ਨੂੰ ਮਿਲਾਇਆ ਗਿਆ, ਹਾਂਜੀ, ਲੇਕਿਨ ਹੋਣਾ ਚੰਗਾ ਲਾਜ਼ਮੀ ਚਾਹੀਦਾ, ਜਿਹਦੇ ਵਿੱਚ ਕੁੰਦਾ ਵੇਖੋ, ਅੱਖ ਮੂੰਹ ਵੇਖੋ ਤੇ ਉਹਦੀ ਦੁੰਮ ਵੇਖੋ, ਜਿਨ੍ਹਾਂ ਦੀ ਅੱਛੀਆਂ ਹੋਣ ਉਹਨਾਂ ਨੂੰ ਆਪਾਂ ਜੀ ਮੈਚ ਕਰੋ, ਮੈਚ ਕਰਨ ਤੋਂ ਬਾਅਦ ਉਡਾਓ, ਉਡਾਉਣ ਤੋਂ ਬਾਅਦ ਵੇਖੋ ਵੀ ਰਿਜ਼ਲਟ ਬਹੁਤ ਅੱਛਾ ਆਇਆ, ਤੁਹਾਡਾ ਦਿਲ ਕਰਦਾ ਕਸੂਰੀ ਮੇਰੇ ਕਬੂਤਰ ਜਿਹੜੇ ਨੇ ਉਹਨਾਂ ਦੀ ਕਮੀ ਹੈਗੀ, ਉਹਨਾਂ ਦਾ ਪੱਠੀ ਪੱਠਾ ਚੁੱਕ ਕੇ ਉਹਨਾਂ ਦੀ ਵਾਪਸ ਲਿਆਇਓ, ਜਿਹੜਾ ਉਸ ਰੰਗ ਦਾ ਹੋਵੇ ਉਹ ਕਸੂਰੀਆਂ 'ਚ ਵਾਪਸ ਪਾ ਦਿਓ, ਉਹਨਾਂ ਦੀ ਤੇਜ਼ੀ ਵੀ ਆ ਜਾਏਗੀ, ਬਲੱਡ ਵੀ ਤਬਦੀਲ ਹੋਈਏਗਾ। ਅੱਛਾ ਅੱਛਾ ਉਸਤਾਦ ਜੀ, ਕੁਛ ਕਬੂਤਰ ਇੰਜ ਦੇ ਵੀ ਹੋਏ ਨੇ ਜਿਹੜੇ ਕਿ ਬਰੀਡ ਸਵਾਰਨ ਵਾਲੇ ਹੋਏ ਨੇ, ਹਾਂ, ਉਹ ਬਰੀਡ ਦੇ ਲਿਹਾਜ਼ ਨਾਲ ਵੀ ਬੜੇ ਮਜ਼ਬੂਤ ਹੋਏ ਨੇ, ਉਹਨਾਂ ਦੀ ਬਲੱਡ ਲਾਈਨ ਵੀ ਬੜੀ ਸਟਰੋਂਗ ਹੋਈ ਹੈ, ਉਹ ਕਿਹੜੀ ਤੁਹਾਡੀ ਮੁਸ਼ਾਹਦੇ 'ਚ ਉਹ ਕਿਹੜੇ ਕਬੂਤਰ ਹੋਏ? ਸਾਡੇ ਮੁਸ਼ਾਹਦੇ 'ਚ ਜਿਹੜੀਆਂ ਪਾਪੂਲਰ ਹੋਈਆਂ ਨੇ 3 ਨਸਲਾਂ ਹੋਈਆਂ, ਇੱਕ ਕਸੂਰੀ, ਇੱਕ ਸਿਆਲਕੋਟੀ ਅਤੇ ਤੀਸਰੀ ਨਸਲ ਫਿਰੋਜ਼ਪੁਰੀ ਜਿਹਨੂੰ ਕਹਿੰਦੇ ਨੇ। ਹਾਲਾਂ ਫਿਰੋਜ਼ਪੁਰੀ ਦੇ ਹੈ ਹੀ ਨਹੀਂ, ਬੇਸਿਕਲੀ ਉਹ ਸਿਆਲਕੋਟੀ ਕਬੂਤਰ ਨੇ ਨੀਲੀਆਂ ਅੱਖਾਂ ਦੇ, ਅਤੇ ਉਹ ਬਸ ਫਿਰ ਜਿਵੇਂ ਲੋਕਾਂ ਕੋਲ ਟਾਈਮ ਲੱਗਾ ਉਵੇਂ ਉਵੇਂ ਉਹਨਾਂ ਨੇ ਨਾਂ ਬਣਾ ਦਿੱਤੇ। ਹਾਂ, ਫਿਰੋਜ਼ਪੁਰੀ ਵਾਹਿਦ ਇੱਕ ਪਰ ਹੋਇਆ ਜਿਹੜੇ ਕਬੂਤਰ ਨੂੰ ਸਵਾਰਨਾ ਹੋਵੇ ਉਹਦੇ ਜੇ ਪਾ ਦਿਓ ਅਤੇ ਉਹ ਕਬੂਤਰ ਸਵਰ ਜਾਂਦਾ, ਅਕਲਾਂ ਦੇ ਬੇਤਾਜ ਬਾਦਸ਼ਾਹ ਹੋ ਜਾਂਦੇ। ਸਿਆਲਕੋਟੀ ਕਬੂਤਰ ਜਿਹੜਾ ਨਾ ਉਹ ਅਸੀਂ ਇਸਤੇਮਾਲ ਕਰਦੇ ਸਿਰਫ ਅਕਲ ਵਾਸਤੇ, ਕਿਉਂਕਿ ਸਿਆਲਕੋਟ ਵਾਲੇ ਬੜੇ ਅਕਲਮੰਦ ਨੇ, ਗੱਲ ਸਮਝਦੇ ਹੋ, ਅਤੇ ਉਹ ਅਸੀਂ ਸਿਰਫ ਇਸ ਲਾਲ ਅੱਖ ਜੇ ਪਾਉਣ ਦਾ ਮਕਸਦ ਇਹ, ਜਿੱਦਤ ਵਾਲੀ ਅੱਖ ਹੈ, ਬਹੁਤ ਤੇਜ਼ ਹੈ, ਖੋਏ ਜਜ਼ਬਾਤੀ ਨੇ, ਅਤੇ ਉਹਦੇ ਨਾਲ ਇਹ ਹੋ ਜਾਂਦਾ ਕਿ ਸਮਝ ਜਾਂਦੇ ਨੇ।
ਸਹੀ ਗੱਲ ਹੈ। ਪਰ ਅੱਜ ਸਾਜੀ ਪਰਬਾਜ਼ੀ ਬੜਾ ਵੱਡਾ ਇਲਮ ਕਿਹਾ ਜਾਂਦਾ ਹੈ ਕਿ ਪਰਬਾਜ਼ੀ ਬਹੁਤ ਵੱਡਾ ਇਲਮ ਹੈ, ਪਰਾਂ ਤੋਂ ਸਭ ਕੁਛ ਹੀ ਹੈ, ਇਹਦੇ 'ਤੇ ਕੋਈ ਕੰਪਰੋਮਾਈਜ਼ ਨਹੀਂ। ਪਰਾਂ 'ਚ ਕੀ ਚੀਜ਼ ਹੋਣੀ ਚਾਹੀਦੀ ਲਾਜ਼ਮੀ? ਪਰਾਂ ਦੇ ਵਿੱਚ ਭਾਈ ਜੀ ਪਹਿਲੇ ਨੰਬਰ 'ਤੇ ਤਾਂ ਬਗਲ ਹੋਣੀ ਚਾਹੀਦੀ ਵੱਡੀ, ਦਰਾਜ਼ ਗੋਬਦਾਰ ਇੰਜ ਗੋਬੋ ਹੋਵੇ, ਗੱਲ ਸਮਝਦੇ ਹੋ? ਅਤੇ ਦੂਸਰੇ ਨੰਬਰ 'ਤੇ ਖਲਾ ਨਾ ਹੋਵੇ ਪਰਾਂ ਦੇ ਵਿੱਚ, ਪਰ 'ਤੇ ਪਰ ਚੜਿਆ ਹੋਵੇ, ਜਿਵੇਂ ਐਵੇਂ ਖੜਾ ਤੀਲੀ ਹੈ ਨਾ ਸੈਂਟਰ 'ਚ, ਇਹ ਵਾਲੇ ਪਰ ਦੇ ਉੱਤੇ ਇਹ ਤੀਲੀ ਤੱਕ ਪਰ ਇੰਜ ਚੜਿਆ ਹੋਣਾ ਚਾਹੀਦਾ, ਗੱਲ ਸਮਝਦੇ ਹੋ? ਪਰ 'ਚ ਖਲਾ ਨਾ ਹੋਵੇ, ਇੱਕ ਜਾਸਾ ਪਰ ਹੋਵੇ ਅਤੇ ਵਸੀ ਪਰ ਹੋਵੇ, ਜੇ ਖੋਲੋ ਤਾਂ ਲੱਗੇ ਜੇ ਬਾਸ ਦੇ ਹੀ ਪਰ ਖੋਲ ਲੈਣ। ਸਹੀ ਗੱਲ, ਉਹ ਹੀ ਕਬੂਤਰ ਹੁੰਦੇ ਜੀ, ਉਹ ਹੀ ਬਸ ਕੁਆਲਿਟੀ। ਤੀਲੀ 'ਚ ਕੀ ਚੀਜ਼ ਹੋਣੀ ਚਾਹੀਦੀ, ਬਰੀਕ ਹੋਣੀ ਚਾਹੀਦੀ ਚਪਟੀ? ਤੀਲੀ ਭਾਈ ਜੀ ਤੀਲੀਆਂ ਦੋ ਕਿਸਮ ਦੀ, ਇੱਕ ਮੋਟੀ ਤੀਲੀ ਇੱਕ ਬਰੀਕ ਤੀਲੀ। ਸਿਆਲਕੋਟੀ ਦੀ ਮੋਟੀ ਤੀਲੀ ਹੈ, ਕਸੂਰੀ ਦੀ ਬਰੀਕ ਤੀਲੀ। ਹਾਂਜੀ, ਜਦੋਂ ਇਹਨਾਂ ਨੂੰ ਮੈਚ ਕਰੋਗੇ ਤਾਂ ਇੱਕ ਜੈਸੀ ਤੀਲੀ ਦਰਮਿਆਨੀ ਨਿਕਲ ਆਏਗੀ, ਉਹ ਹੀ ਪਰਵਾਜ਼ੀ ਤੀਲੀ ਹੁੰਦੀ, ਦਰਮਿਆਨੀ, ਨਾ ਮੋਟੀ ਨਾ ਪਤਲੀ, ਲਚਕਦਾਰ ਹੋਵੇ, ਜਿਵੇਂ ਬੈਂਤ ਨਹੀਂ ਹੁੰਦਾ ਬੈਂਤ, ਉਵੇਂ ਦੀ ਹੋਵੇ ਲਚਕਦਾਰ। ਆਖਰੀ ਤਿੰਨ ਪਰਾਂ ਨੂੰ ਵੀ ਗੌਰ ਕਰਦੇ ਹੋ ਕਿ ਅਕਸਰ ਬਹੁਤ ਦੋਸਤ ਨਾ ਸਾਡੇ ਆਖਰੀ ਤਿੰਨ ਹੀ ਪਰ ਵੇਚਦੇ ਨੇ, ਮੈਂ ਬੜਾ ਗੌਰ ਕਰਦਾ ਆਖਰੀ ਤਿੰਨ ਪਰਾਂ ਦੇ, ਤੁਸੀਂ ਕੀ ਵੇਚਦੇ ਹੋ? ਤਿੰਨ ਪਰਾਂ ਦਾ ਪਤਾ ਕੀ ਚੱਕਰ ਹੈ ਭਾਈ ਜੀ, ਇੱਕ ਹੁੰਦੀ ਗੋਲ ਤੀਲੀ, ਇੱਕ ਹੁੰਦੀ ਪਤਲੀ ਤੀਲੀ, ਯਾਨੀ ਕਿ ਲੰਮੀ ਨੋਕਦਾਰ। ਨਕੀਲੀ ਦੇ ਬਾਰੇ ਜੇ ਲੋਕ ਉਸਤਾਜ਼ਾ ਕਰਾਮ ਕਹਿੰਦੇ ਨੇ ਕਿ ਜੀ ਇਹ ਗਰਾਈ ਦੇ ਕਬੂਤਰ ਨੇ, ਗੋਲ ਤੀਲ ਗੋਲ ਕੁੰਦੇ ਦਾ ਜਿਹੜਾ ਕਬੂਤਰ ਹੈ ਉਹ ਕਦੀ ਆਏਗਾ ਕਦੀ ਜਾਏਗਾ, ਉਹ ਅਦਲੇ ਘਰਾਂ 'ਚ ਫਿਰਦਾ। ਲੇਕਿਨ ਅਸੀਂ ਨਾ ਜਿਹੜੀ ਗਰਾਈ ਅਤੇ ਪਰਵਾਜ਼ ਵਾਲੇ ਪਰ ਗਿਣਦੇ ਹਾਂ ਨਾ, ਪਹਿਲੇ ਪੰਜ ਪਰ ਗਿਣਦੇ ਹਾਂ, ਆਖਰੀ ਪੰਜ ਛੱਡ ਕੇ ਸੱਤਵੇਂ ਤੋਂ ਪਹਿਲੇ ਪੰਜ ਪਰ ਜਿਹੜੇ ਨਾ ਉਹਨਾਂ ਵਿੱਚ ਗਰਾਈ ਹੈ ਅਤੇ ਉਹਨਾਂ ਵਿੱਚ ਹੀ ਪਰਵਾਜ਼ ਹੈ। ਜਿਹੜੇ ਆਖਰੀ ਪੰਜ ਪਰ ਨੇ? ਨਹੀਂ, ਆਖਰੀ ਪੰਜਾਂ ਤੋਂ ਪਹਿਲੇ ਜਿਹੜੇ ਪਹਿਲੇ ਪੰਜ ਪਰ ਨੇ, ਇੱਕ ਦੋ ਤਿੰਨ ਚਾਰ ਪੰਜ ਸ਼ੁਰੂ ਜਿੱਥੋਂ ਹਾਂ ਸ਼ੁਰੂ, ਉਹਨਾਂ 'ਚ ਕੀ ਮਤਲਬ? ਉਹਨਾਂ 'ਚ ਹੀ ਸਾਰਾ ਕੁਛ ਹੈਗਾ ਜੀ। ਕਿਸ ਤਰ੍ਹਾਂ ਹੁਣ ਡਿਫਾਈਨ ਵੀ ਕਰੋ, ਤਰਾਸ਼ ਵੇਖਣੀ ਪੈਂਦੀ, ਤਰਾਸ਼ ਉਹਦੀ ਤਰਾਸ਼ ਬਾਹਰ ਨੂੰ ਜਾਣੀ ਚਾਹੀਦੀ, ਬਾਹਰ ਵਾਲੇ ਪੰਜੇ ਪਰਾਂ ਦੀ ਅੰਦਰ ਨੂੰ ਤਰਾਸ਼ ਆਉਣੀ ਚਾਹੀਦੀ, ਤਾਂ ਕਿ ਉਹ ਜਿਸਮ ਵੱਲ ਨੂੰ ਖਿੱਚੇ, ਕਬੂਤਰ ਨੇ ਪਰ ਛੱਡੋ ਨਾ ਤੇ ਭੱਜ ਕੇ ਵਾਪਸ ਆਉਣ, ਐ ਨਹੀਂ ਕਿ ਬਾਹਰ ਨੂੰ ਤੁਰੇ ਜਾਣ, ਉਹ ਕਬੂਤਰ ਵੀ ਨਹੀਂ ਜਾਂਦੇ ਹੁੰਦੇ। ਅੱਛਾ 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 ਅੱਛਾ, ਇਹ ਪਹਿਲੇ ਪੰਜ ਪਰਾਂ ਦੇ ਵਿੱਚ ਪਰਵਾਜ਼ ਅਤੇ ਗਰਾਈ ਹੈ। ਇਹ ਜਿਹੜੇ ਉਸਤਾਜ਼ਾ ਕਰਾਮ ਕਹਿੰਦੇ ਨੇ ਜੀ ਬਾਹਰ ਦੇ ਤਿੰਨ ਪਰਾਂ ਨਾਲ ਸਮਾਨ ਦੀ ਗਰਾਈ ਦਾ ਪਤਾ ਲੱਗਦਾ, ਅਸੀਂ ਨਹੀਂ ਇਤਫਾਕ ਕਰਦੇ ਕਿਉਂਕਿ ਅਸੀਂ ਪ੍ਰੈਕਟੀਕਲ ਕੀਤਾ ਹੈ, ਅਸੀਂ 10-15 ਸਾਲ ਲਗਾਤਾਰ ਬਾਜ਼ੀਆਂ ਉਡਾ ਕੇ ਵੇਖੇ ਇਸੇ ਤਰ੍ਹਾਂ। ਅਸੀਂ ਜਿਹੜੇ ਕਬੂਤਰ ਸ਼ਾਮ ਬਹਿੰਦੇ ਸੀ, ਜਿਹੜੇ ਗਰਾਈ 'ਚ ਉੱਡਦੇ ਸੀ, ਜਿਹੜੇ ਨੀਵੇਂ ਫਿਰਦੇ ਸੀ, ਅਸੀਂ ਸਾਰੇ ਚੈੱਕ ਕਰਦੇ ਹਾਂ। ਹਾਂ, ਉਹ ਫਿਰ ਜਿਹੜੀ ਸਾਡੇ ਨਾਕਸ ਅਸੀਂ ਆਪਣੀ ਰਾਏ ਦੇ ਸਕਦੇ ਸੀ, ਕਿਸੇ ਨਾਲ ਇਤਫਾਕ ਨਹੀਂ ਕਰ ਸਕਦੇ। ਜੋ ਅਸੀਂ ਉਸਤਾਜ਼ਾ ਕਰਾਮ ਤੋਂ ਸਿੱਖਿਆ ਨਾ, ਉਹ ਇਹੀ ਕੁਛ ਕਹਿੰਦੇ ਆ, ਉਹ ਇਹੀ ਜ਼ਿਆਦਾ ਕਹਿੰਦੇ ਆ, ਪਹਿਲੇ ਪੰਜ ਪਰਾਂ ਦੇ ਵਿੱਚ ਸਾਰਾ ਕੁਛ ਹੈਗਾ, ਸਾਰਾ ਕੁਛ ਹੈ। ਔਰ ਤੁਸੀਂ ਜ਼ਿਆਦਾ ਗੌਰ ਵੀ ਉਹਨਾਂ ਦਾ ਕਰਦੇ? ਹਾਂਜੀ। ਅੱਛਾ ਉਸਤਾਦ ਜੀ, ਹੁਣ ਤਾਂ ਤੁਸੀਂ ਨਹੀਂ ਕਰ ਰਹੇ ਬਰੀਡਿੰਗ ਹੀ ਕਰ ਰਹੇ ਹੋ ਸਿਰਫ, ਸ਼ੌਕ ਨਹੀਂ, ਹੁਣ ਸ਼ੌਕ ਦਾ ਕੋਈ ਪਲਾਨ ਹੈਗਾ ਤੁਹਾਡਾ? ਪਲਾਨ ਬੜੇ ਨੇ ਸਰ, ਕਾਰੋਬਾਰ 'ਚੋਂ ਨਹੀਂ, ਅਸੀਂ ਫਾਰਗ ਹੈਗੇ, ਸਾਡੀ ਡਿਊਟੀ ਬੜੀ ਸਖਤ ਹੈ। ਅਸੀਂ ਤੁਸੀਂ ਹਿਸਾਬ ਲਾ ਲਓ ਕਿ ਅਸੀਂ ਹੋ ਸਕਦਾ 6 ਘੰਟੇ ਵੀ ਮਸਾਂ ਸੌਂਦੇ ਹਾਂ ਜੀ, ਸਾਡਾ ਹੋਟਲ ਦਾ ਕਾਰੋਬਾਰ ਹੈ, ਨਾਸ਼ਤੇ ਦੇ ਮੇਰੇ ਸਾਬਰ ਨਕੀਬੀਆ ਮੁਰਗ ਚਣੇ ਮਸ਼ਹੂਰ ਨੇ, ਵਾਹ ਮਾਸ਼ਾਅੱਲਾ, ਪੂਰੇ ਲਾਹੌਰ 'ਚ ਬੱਚੇ ਨੂੰ ਪੁੱਛੋਗੇ ਜਿਵੇਂ ਗੋਗੇ ਨਕੀਬੀਆ ਦੇ, ਅਤੇ ਸਾਡਾ ਅਸਲ 'ਚ ਹੋਟਲ ਦਾ ਕੰਮ ਹੈ, ਸਾਡੇ ਕੋਲ ਡਿਊਟੀ ਨਹੀਂ, ਸਾਡੀਆਂ 5 ਬਰਾਂਚਾਂ ਨੇ ਅਤੇ ਟਾਈਮ ਨਹੀਂ ਹੁੰਦਾ ਸਾਰੇ, ਠੀਕ ਹੈ, ਅਤੇ ਬੱਚਿਆਂ ਨੂੰ ਸ਼ੌਕ ਨਹੀਂ ਬਿਲਕੁਲ ਵੀ। ਸਹੀ ਗੱਲ, ਅੱਛਾ, ਬੱਚਿਆਂ ਨੂੰ ਸਾਜੀ ਸ਼ੌਕ ਪਾਉਣਾ ਚਾਹੀਦਾ? ਪਾਉਣਾ ਚਾਹੀਦਾ ਅੱਜ ਕੱਲ੍ਹ ਦੇ ਮਾਹੌਲ ਦੇ ਮੁਤਾਬਕ, ਅੱਜ ਕੱਲ੍ਹ ਦੇ ਮਾਹੌਲ ਦੇ ਮੁਤਾਬਕ ਹੁਣ ਹੈ ਬਿਹਤਰ ਹੈ ਸ਼ੌਕ, ਹੁਣ ਬਿਹਤਰ ਹੀ ਹਾਲ, ਹਾਂ, ਕਿਉਂਕਿ ਬਾਹਰ ਦੇ ਸ਼ੌਕਾਂ ਨਾਲ ਇਹ ਸ਼ੌਕ ਚੰਗਾ ਘਰ ਦੇ ਹੋਣਗੇ, ਨਜ਼ਰਾਂ ਦੇ ਸਾਹਮਣੇ ਦੇ ਹੋਣਗੇ। ਹਾਂ, ਸਹੀ, ਮੌਸਮ ਦੀ ਅਗਰ ਗੱਲ ਕੀਤੀ ਜਾਏ ਤਾਂ ਮੌਸਮ ਬੜਾ ਗਰਮੀ ਵੱਲੋਂ, ਚੇਤਰ 'ਚੋਂ ਹੀ ਉਸਤਾਦਾਂ ਨੇ ਕਿਹਾ, ਮੈਂ ਮੋਸਟਲੀ ਪੁੱਛਿਆ ਅਤੇ ਉਹਨਾਂ ਨੇ ਇਹੀ ਦੱਸਿਆ ਕਿ ਜਿਹੋ ਜਿਹਾ ਚੇਤਰ 'ਚ ਮੌਸਮ ਹੈਗਾ ਸੀ, ਇਹੋ ਜਿਹਾ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ। ਗੱਲ ਪਤਾ ਕੀ ਤਾਂ ਜੀ, ਇਸ ਤਰ੍ਹਾਂ ਹੀ ਅਗਰ ਵਾਧਾ ਰਹੇ ਮੌਸਮ ਅਤੇ ਜੇਠ 'ਚ ਅਗਰ ਐਸੇ ਤਾਦਾਦ ਨਾਲ ਵਾਧਾ ਰਹੇ, ਕਿ ਫੈਸਲੇ ਜਲਦੀ ਨਹੀਂ ਹੋਣਾ ਸ਼ੁਰੂ ਹੋ ਜਾਣਗੇ? ਹਾਂਜੀ, ਮੀਂਹ ਦੇ ਵੇਖੋ ਜੀ, ਗੱਲ ਪਤਾ ਕੀ, ਭਲੀ ਸੋ ਭਲੀ ਦੁਨੀਆ, ਅੱਜ ਜਿਵੇਂ ਵਕਤ ਬਦਲ ਗਿਆ ਐਵੇਂ ਦੁਨੀਆ ਵੀ ਬਦਲ ਗਈ, ਬੜੇ ਬੜੇ ਅੱਛੇ ਉਸਤਾਦ ਨੇ ਚੈਲੇਂਜ ਕਰਕੇ ਸ਼ਾਮ ਨੂੰ ਕਬੂਤਰ ਬਣਦੇ ਨੇ, ਗੱਲ ਸਮਝਦੇ ਹੋ? ਅਤੇ ਮੇਰੇ ਅੰਦਾਜ਼ੇ ਦੇ ਮੁਤਾਬਕ ਨਾ ਜਿਹੜੀ ਇਹ ਬਾਰਿਸ਼ ਕੱਲ੍ਹ ਹੋਈ ਨਾ, ਇਹ ਬੜਾ ਹੌਸਲਾ ਦੇ ਗਈ ਲੋਕਾਂ ਨੂੰ, ਜਿਹੜੀਆਂ 4 ਕਲੀਆਂ ਪਈਆਂ, ਇਹਦੇ ਨਾਲ ਸਫਾਈ ਪੋਲਿਊਸ਼ਨ ਖਤਮ ਹੋ ਗਈ ਹੈ, ਕਬੂਤਰ ਜਿਹੜੇ ਨਾ ਜੇ ਗਰਮੀ ਇਸੇ ਤਰ੍ਹਾਂ ਹੀ ਗਈ ਨਾ, ਜਿਹੜੇ ਅਸੀਂ ਉਸਤਾਦਾਂ ਕੋ ਪੁੱਛਿਆ ਜਾਂ ਜਿਹੜਾ ਅਸੀਂ ਇਹਦੀ
ਵੇਖਿਆ ਇਹ ਜਿਹੜਾ ਪਿੱਛੇ ਇੱਕ ਇੰਡੀਆ ਨੇ ਧਮਾਕਾ ਕੀਤਾ ਕੀਮੀ ਆਈ ਮਜ਼ਾਇਲ ਟਰਾਈ ਕੀਤਾ ਜਿਹੜਾ ਪਾਕਿਸਤਾਨ ਨੇ ਕਰੈਸ਼ ਕੀਤਾ ਉਹ ਉਹਦੀ ਵਜ੍ਹਾ ਤੋਂ ਬੜੇ ਗੰਦੇ ਅਸਰਾਤ ਆ ਜਿਹੜਾ ਕਬੂਤਰ ਘਰਾਈ 'ਚ ਗਿਆ ਵਾਪਸ ਨਹੀਂ ਆਇਆ ਉਹ ਹੀ ਆਇਆ ਜਿਹਨੂੰ ਰੱਬ ਨੇ ਬਚਾ ਲਿਆ ਜਾਂ ਜਿਹਦੀ ਵਧੀ ਅਕਸਰ ਕਬੂਤਰ ਮਰੇ ਨੇ ਅੱਛਾ ਇਹ ਤੁਸੀਂ ਨਵੀਂ ਗੱਲ ਕਰ ਰਹੇ ਹੋ ਗਰਮੀ ਨਾ ਕਬੂਤਰ ਨਹੀਂ ਜੇ ਜਾਂਦਾ ਗਰਮੀ ਨਾ ਕਬੂਤਰ ਨਹੀਂ ਜੇ ਮਰਦਾ ਕਿਉਂਕਿ ਉੱਡਣ ਵਾਲਾ ਗਰਮੀ ਦਾ ਜਾਨਵਰ ਹੈ ਐਰ ਕੀ ਭਾਈ ਜਿਹੜੀ ਉੱਤੇ ਪੋਲੂਸ਼ਨ ਇਕੱਠੀ ਹੋ ਗਈ ਬਾਰਿਸ਼ਾਂ ਨਾ ਹੋਣ ਦੀ ਵਜ੍ਹਾ ਤੋਂ ਕੁਛ ਹੈ ਜਿਹੜਾ ਕੀਮੀ ਆਈ ਹਥਿਆਰ ਇਹਨਾਂ ਨੇ ਟਰਾਈ ਕੀਤੇ ਨੇ ਇਹ ਹੁੰਦਾ ਗਰਦੋ ਗੁਬਾਰ ਸਾਰਾ ਉੱਤੇ ਜਮਾ ਹੈ ਕਬੂਤਰ ਮਰਦਾ ਰਿਹਾ ਕਬੂਤਰ ਨੂੰ ਗਰਮੀ ਨੇ ਨਹੀਂ ਮਾਰਿਆ ਕਬੂਤਰ ਨੂੰ ਉਸ ਕੈਮੀਕਲ ਨੇ ਮਾਰਿਆ ਜਿਹੜਾ ਸਮਾਨ ਚ ਖਲੋਤਾ ਆਇਆ ਸੀ ਇਹਨੂੰ ਛੱਡ ਦਿਓ ਜਿਹੜੀ ਇਲ ਕਾਂ ਬਾਗਾਂ 'ਚ ਜਾਓ ਮਰੇ ਪਈਆਂ ਹੁੰਦੀਆਂ ਉਹਦਾ ਤਜਰਬਾ ਕਰਵਾਇਆ ਲੋਕਾਂ ਨੇ ਉਹਦੇ ਵਿੱਚ ਜ਼ਹਿਰ ਪਾਇਆ ਗਿਆ ਕਬੂਤਰ ਨੂੰ ਇੱਕ ਕਬੂਤਰ ਫੜਿਆ ਸੀ 4 ਵਜੇ ਅਸੀਂ ਉਹਨੂੰ ਉਹਦਾ ਫੋਟਾ ਸਾਫ ਕੀਤਾ ਉਹਦੇ ਵਿੱਚ ਪੀਲਾ ਪਾਣੀ ਨਿਕਲਦਾ ਸੀ ਉਹ ਮਰ ਗਿਆ ਨਹੀਂ ਬਚ ਸਕਿਆ ਅਸੀਂ ਬੜੇ ਹਰਵੇ ਇੱਕ ਅਸੀਂ 2 ਦਿਨ ਬਾਅਦ ਫਿਰ ਕਬੂਤਰ ਫੜਿਆ ਉਹ ਸ਼ਾਮ ਦੀ ਬਾਗ ਨੂੰ ਫੜਿਆ ਬੜਾ ਅੱਛਾ ਕਿਸੇ ਦਾ ਕਬੂਤਰ ਗੋਲਡਨ ਉਹ ਵੀ ਆ ਕੇ ਜੇ ਬੈਠਾ ਤੇ ਉਹਦੇ ਕੋਲ ਤੁਰਿਆ ਨਹੀਂ ਜਾਂਦਾ ਬੁਰੇ ਹਾਲ ਅਸੀਂ ਫੜ ਕੇ ਉਹਨੂੰ ਥੱਲੇ ਦਾ ਆਇਆ ਲਾ ਕੇ ਉਹਨੂੰ ਸਾਫ ਕਰਦੇ ਰਹੇ ਆ ਉਹਦੇ ਵਿੱਚੋਂ ਵੀ ਪੀਲਾ ਪਾਣੀ ਨਿਕਲਿਆ ਯਾਨੀ ਕਿ ਪਾਣੀ ਦੇ ਡਰਾਪਾ ਦੇ ਕੇ ਉਹਨੂੰ ਫੋਟਾ ਸਾਫ ਕੀਤਾ ਤੇ ਪੀਲਾ ਹੀ ਨਿਕਲਿਆ ਇਹਦਾ ਮਤਲਬ ਇਹ ਉਸਮਾਨ ਦੇ ਵਿੱਚ ਕੋਈ ਕੈਮੀਕਲ ਹੈਗਾ ਕੋਈ ਕੈਮੀਕਲ ਹੈ ਔਰ ਬਾਕੀ ਇਹ ਤੁਸੀਂ ਬੜੀ ਪੁਆਇੰਟ ਦੀ ਗੱਲ ਕੀਤੀ ਕਿਉਂਕਿ ਪਿਛਲੇ ਦਿਨੋਂ ਮੈਂ ਕਿਸੇ ਕੋਲ ਗਿਆ ਸੀ ਉਹਨੇ ਕਿਹਾ ਕਬੂਤਰ ਉੱਡ ਕੇ ਆਉਂਦਾ ਉਹਨੂੰ ਪਲਟਾਈਏ ਪੀਲਾ ਪੀਲਾ ਪਤਾ ਨਹੀਂ ਕੀ ਨਿਕਲਦਾ ਉਹੀ ਹੈ ਭਾਈ ਉਹੀ ਹੈ ਮੇਰੀ ਗੱਲ ਸੁਣੋ ਅਸੀਂ 90-95 ਸਾਲ ਦੀ ਉਮਰ ਦੇ ਉਸਤਾਦ ਨੇ ਜਿਨ੍ਹਾਂ ਨਾਲ ਸਾਡੀ ਬੈਠਕ ਹੈ ਸਹੀ ਗੱਲ ਤੇ ਜਿਨ੍ਹਾਂ ਕੋਲ ਅਸੀਂ ਸਾਰੀ ਜ਼ਿੰਦਗੀ ਸਬਕ ਲਏ ਨੇ ਉਹਨਾਂ ਨੇ ਇਹੀ ਗੱਲ ਸਾਨੂੰ ਦੱਸੀ ਕਿ ਭਾਈ ਉੱਤੇ ਜਿਹੜਾ ਨਾ ਯਾਰ ਕੋਈ ਮਵਾਦ ਹੈ ਜਿਹੜਾ ਪੋਲੂਸ਼ਨ ਦੇ ਨਾਲ ਰਲ ਗਿਆ ਜਿਹੜਾ ਕਬੂਤਰ ਉੱਤੇ ਜਾਂਦਾ ਉਹਦਾ ਸਾਹ ਹੀ ਬੰਦ ਹੋ ਜਾਂਦਾ ਤੇ ਜੇ ਬਚ ਵੀ ਜਾਵੇ ਨਾ ਤੇ ਉਹ ਜਨਾਬ ਜੀ ਉੱਡ ਨਹੀਂ ਸਕਦਾ ਅੱਗੋਂ ਸਹੀ ਗੱਲ ਹੈ ਤੇ ਜਿਹੜੇ ਕਬੂਤਰ ਲੋਕਾਂ ਦੇ ਉੱਡ ਕੇ ਆ ਕੇ ਘਰ ਸਹੀ ਸਲਾਮਤ ਬੈਠੇ ਉਹਨਾਂ ਦੀ ਲੱਕ ਸੀ ਹਾਂ ਅੱਲਾਹ ਤਾਲਾ ਵੱਲੋਂ ਉਹਨਾਂ ਨੂੰ ਫਤਿਹ ਸੀ ਕਾ ਸਮਝਿਓ ਬਾਕੀ ਨਾ ਉੱਤੇ ਹਾਲਾਤ ਠੀਕ ਨਹੀਂ ਸੀ ਹੁਣ ਕਬੂਤਰ ਉੱਡਣਗੇ ਹਾਂ ਹੁਣ ਜਿਹੜੀ ਇਹ ਬਾਰਿਸ਼ ਪਈ ਹੈ ਨਾ ਇਹਦੇ ਨਾਲ ਬੜੇ ਅੱਛੇ ਅਸਰਾਤ ਹੋ ਜਾਣਗੇ ਕਬੂਤਰ ਟਾਈਮ ਕਰਨ ਲੱਗ ਪੈਣਗੇ ਸੈੱਟ ਬਹਿਣਗੇ ਵੀ ਸੈੱਟ ਹਾਂ ਕੁਛ ਮੈਂ ਜਿਹੜਾ ਦੇਖਿਆ ਨਾ ਮੈਨੂੰ ਵੀ ਬੜੇ ਫੋਨ ਆਉਂਦੇ ਨੇ ਲੋਕਾਂ ਦੇ ਅਸਲ ਜਿਹਨਾਂ ਕਬੂਤਰਬਾਜ਼ੀ ਦਾ ਭਾਈ ਜਾਨ ਪਤਾ ਹੀ ਨਹੀਂ ਕਿਸੇ ਨੂੰ ਹੋਣਾ ਪੈਸਾ ਆ ਗਿਆ ਆਮ ਕਬੂਤਰ ਰੱਖ ਲੈ ਰਹੇ ਅਮੀਰ ਆਦਮੀਆਂ ਨੇ ਗਰੀਬ ਆਦਮੀ ਦੇ ਵੱਸੋਂ ਬਾਹਰ ਹੋ ਗਿਆ ਔਰ ਹਲੇ ਮੈਂ ਇਹੀ ਗੱਲ ਕਰਨ ਲੱਗਾ ਸੀ ਕਿ ਉਸਤਾਦ ਜੀ ਹੋਣ ਤੇ ਸਿਰਫ ਰਹਿ ਗਈ ਪੈਸੇ ਦੀ ਗੇਮ ਪੈਸੇ ਦੀ ਗੇਮ ਮਸਾਇਲ ਦੀ ਗੇਮ ਹੈ ਮੈਂ ਕੱਲ ਵੀ ਮੇਰੇ ਇੱਕ ਭਰਾ ਨਾਲ ਗੱਲ ਹੋ ਰਹੀ ਸੀ ਕਿਹਾ ਸੀ ਯਾਰ ਇਹੋ ਜਿਹੇ ਲਾ ਤਦਾਦ ਉਸਤਾਦ ਹੈਗੇ ਨੇ ਜਿਹੜੇ ਕਿ ਬਹੁਤ ਕਾਰੀਗਰ ਤੇ ਜਿਨ੍ਹਾਂ ਕੋਲ ਟੈਲੈਂਟ ਹੈ ਹੋਇਆ ਲੇਕਿਨ ਉਹ ਅੱਗੇ ਇਸ ਲਈ ਨਹੀਂ ਆ ਪਾਏ ਕਿ ਉਹਨਾਂ ਕੋਲ ਪੈਸਾ ਨਹੀਂ ਮਾੜੇ ਨੇ ਨਾ ਅਸਲ ਮੈਂ ਤੁਹਾਨੂੰ ਦੱਸਦਾ ਗੱਲ ਪਤਾ ਕੀ ਉਹਨੇ ਕਿਹਾ ਦਿਖਦੀ ਹੈ ਤੋਂ ਵਿਕਦੀ ਹੈ ਜਿਹੜੀ ਜਿਹੜੀ ਸਾਨੂੰ ਸੂਰਤ ਦਿਖਦੀ ਹੈ ਨਾ ਅਸੀਂ ਉਹਨੂੰ ਹੀ ਮੰਨ ਲੈਂਦੇ ਹਾਂ ਹਾਲਾਂਕਿ ਮੈਂ ਅੱਗੇ ਪਿੱਛੇ ਇੰਟਰਵਿਊ 'ਚ ਵੀ ਕਿਹਾ ਸੀ ਕਿ ਕਬੂਤਰਬਾਜ਼ੀ ਸ਼ੌਕ ਹੈ ਗਰੀਬ ਆਦਮੀ ਦਾ ਤੇ ਗਰੀਬ ਆਦਮੀ ਨੂੰ ਵਿਚਾਰੇ ਨੂੰ ਕੋਈ ਪਸੰਦ ਹੀ ਨਹੀਂ ਕਰਦਾ ਗੱਲ ਸਮਝਦੇ ਹੋ ਅਸੀਂ ਵੇਖਦੇ ਹਾਂ ਗੱਡੀਆਂ ਕਾਰਾਂ ਵਾਲੇ ਉਸਤਾਦ ਅਤੇ ਉਹਨਾਂ ਮਗਰ ਭੱਜ ਉੱਠਦੇ ਹਾਂ ਗੱਲ ਹੈਗੀ ਕਬੂਤਰਬਾਜ਼ੀ ਦਾ ਤਾਂ ਪਤਾ ਹੀ ਨਹੀਂ ਕਿਸੇ ਨੇ ਹੈਗਾ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਮੇਰਾ ਇੰਟਰਵਿਊ ਕੀਤਾ ਮੇਰੇ ਕੋਈ 100-150 ਬੰਦੇ ਦਾ ਫੋਨ ਆਇਆ ਹੋਣਾ ਇਸੇ ਤਰ੍ਹਾਂ ਔਰ ਤੁਸੀਂ ਯਕੀਨ ਕਰਨਾ ਕਿ ਅਸੀਂ ਫੀਸ ਸਬੀਲਿਲਾ ਉਹਨਾਂ ਨੂੰ ਦੱਸਦੇ ਹਾਂ ਇਹ ਸ਼ਾਇਦ ਸੁਣਦੇ ਵੀ ਹੋਣ ਲੋਕ ਅਤੇ ਉਹਨਾਂ ਵਿਚਾਰਿਆਂ ਨੂੰ ਕਬੂਤਰਬਾਜ਼ੀ ਦਾ ਪਤਾ ਹੀ ਨਹੀਂ ਹੈਗਾ ਕਿ ਕਬੂਤਰਬਾਜ਼ੀ ਹੁੰਦੀ ਕੀ ਹੈ ਮੈਂ ਇੱਕ ਬੰਦੇ ਨੂੰ ਸਵਾਲ ਕੀਤਾ ਕਿੰਨੀ ਖੁਰਾਕ ਦੇਣਾ ਕਹਿੰਦਾ ਜੀ 2 ਗੋਲੀਆਂ ਰਾਤ ਨੂੰ ਦੇਈ ਦੀਆਂ 8 ਵਜੇ ਬਦਾਮਾਂ ਦੀਆਂ ਮੈਂ ਉਹਨੂੰ ਕਿਹਾ ਕਮਲਿਆ ਤੇਰੀ ਇਤਵਾਰ ਹੁੰਦੀ ਅਸੀਂ ਇਹਨਾਂ ਦਿਨਾਂ 'ਚ ਕਬੂਤਰ ਨੂੰ 50-50 ਗੋਲੀਆਂ 24 ਘੰਟੇ ਹੀ ਖਵਾ ਦਿੰਦੇ ਹਾਂ ਤੂੰ 2 ਗੋਲੀਆਂ 'ਤੇ ਰੱਖਿਆ ਕਹਿੰਦਾ ਜੀ 2 ਗੋਲੀਆਂ ਤੋਂ ਬਾਅਦ ਪਹੁੰਚਾ ਹੀ ਨਹੀਂ ਸਕਦਾ ਕਬੂਤਰ ਤੁਸੀਂ ਕਿਵੇਂ ਕਹਿੰਦੇ ਜੀ ਅਤੇ ਤੁਸੀਂ ਮੈਨੂੰ ਇੱਥੋਂ ਦੱਸੋ ਉਸ ਭਲਵਾਨ ਨੇ ਕੀ ਘੁਲਣਾ ਜਿਹਨੂੰ ਖੁਰਾਕ ਹੀ ਨਹੀਂ ਹੈਗੀ ਸਹੀ ਗੱਲ ਆਪਣੀ ਤਾਕਤ 'ਤੇ ਤੂੰ 1 ਦਿਨ ਘੁਲ ਲਏਗਾ 2 ਦਿਨ ਘੁਲ ਲਏਗਾ ਜੋ ਖਲੀਆਂ ਪੈ ਗਈਆਂ ਤੈਨੂੰ ਖੁਰਾਕ ਨਹੀਂ ਬਚਾਉਣਾ ਹਾਂਜੀ ਅਤੇ ਭਾਈ ਜੀ ਹਾਂ ਖੁਰਾਕ ਦਾ ਚੱਕਰ ਹੈ ਸਾਰਾ ਖੁਰਾਕ ਦਾ ਹੀ ਚੱਕਰ ਲੱਖ ਤੱਕ ਦਾ ਚੱਕਰ ਜੀ ਸਹੀ ਤਾਈਆਂ ਦੇ ਇਹਦੇ ਵੇਖੋ ਤਾਈਆਂ ਦੇ ਅਮੀਰ ਆਦਮੀ ਜਿੱਤੀ ਜਾਂਦਾ ਪਿਆ ਉਹ ਪੈਸੇ ਨਾਲ ਕਬੂਤਰ ਖਰੀਦ ਲਿਆਉਂਦਾ 10 ਮੁਲਾਜ਼ਮ ਰੱਖੇ ਹੁੰਦੇ ਨੇ ਉਹ ਕਬੂਤਰ ਉਡਾਉਂਦੇ ਨੇ ਵੈਸੇ ਖੁਰਾਕ ਹੀ ਇੰਨੀ ਕੁ ਹੁੰਦੀ ਕਿ ਵੈਸੇ ਹੀ ਸ਼ਾਮ ਪਈ ਜਾਂਦੇ ਇਸੇ ਤਰ੍ਹਾਂ ਹੀ ਮੈਂ ਉਹਨੂੰ ਮੰਨਣਾ ਨਾ 10-11 ਵਜੇ ਕਬੂਤਰ ਹੋਣ ਅਤੇ ਉਸਤਾਦ ਬਹਿ ਜਾਵੇ ਤਾਂ ਸ਼ਾਮ ਕਰਾਵੇ ਫਿਰ ਤਾਂ ਉਸਤਾਦ ਹੋਇਆ ਨਾ ਹਾਂ ਅਤੇ ਜੇ ਭੈਣ ਜੋ ਕਬੂਤਰ ਹੀ ਸ਼ਾਮ ਲਾਟੀ ਹੈ
ਤੇ ਉਹਨੂੰ ਖੁਰਾਕ ਅੱਛੀ ਮਿਲ ਰਹੀ ਤੇ ਉਹਨੂੰ ਤੇ ਉਸਤਾਦ ਨੂੰ ਨੁਸਖਾ ਦੇਣ ਦੀ ਲੋੜ ਹੀ ਨਹੀਂ, ਉਹ ਵੈਸੇ ਹੀ ਉੱਡਦਾ ਪਿਆ। ਉਹ ਵੈਸੇ ਹੀ ਉੱਡਦਾ ਪਿਆ। ਤੇ ਭਾਈ ਜੀ ਪੈਸੇ ਵਾਲਿਆਂ ਦੀ ਗੇਮ ਹੈ, ਮਾੜੇ ਬੰਦੇ ਦਾ ਸ਼ੌਕ ਖਤਮ ਹੋ ਗਿਆ, ਮਾੜੇ ਨੂੰ ਜਿਤਨਾ ਬੜਾ ਵਾ ਔਖਾ ਤਗੜੇ ਨੂੰ। ਉਸਤਾਦ ਜੀ ਇਹ ਖੁਰਾਕ ਦੇ ਹਵਾਲੇ ਨਾਲ ਤੁਹਾਨੂੰ ਪੁੱਛਿਆ ਜਾਏ ਤੇ ਕੀ ਸਪੈਸ਼ਲ ਡਾਇਟ ਤੁਸੀਂ ਬਾਜ਼ੀਆਂ ਦੌਰਾਨ ਦਿੰਦੇ ਸੀ ਤੇ ਆਮ ਦਿਨਾਂ 'ਚ ਕੀ ਦਿੰਦੇ ਹੋ? ਆਮ ਦਿਨਾਂ 'ਚ ਜਦੋਂ ਕਬੂਤਰ ਉਡਾ ਰਹੇ ਨਹੀਂ ਨਾ ਹੁੰਦੇ ਉਦੋਂ ਅਸੀਂ ਦਾਣਾ ਹੀ ਪਾਈਦਾ। ਦਾਣਾ ਵੀ ਅੱਛਾ, ਚਨੇ, ਮਕਈ, ਬਾਜਰਾ, ਕਣਕ, ਸਰੋਂ, ਵਿੱਚ ਕੋਈ ਦੋ ਤਿੰਨ ਦਾਲਾਂ ਪਾ ਲਈਆਂ, ਲਸੀਜ਼ ਯਾਨੀ ਕਿ ਟੇਸਟ ਵੱਖਰਾ ਵੱਖਰਾ ਕਰ ਦਿੱਤਾ। ਅਤੇ ਆਮ ਆਮ ਦਿਨਾਂ ਦੀ ਜਦੋਂ ਸਾਡੇ ਕਬੂਤਰ ਪਟਾਈਆਂ ਜੀ ਆ ਜਾਂਦੇ ਨੇ ਫਿਰ ਬਦਾਮ ਚੱਲਦੇ ਨੇ, ਘਿਓ ਚੱਲਦਾ, ਸਰੋਂ ਦਾ ਤੇਲ ਵੀ ਚੱਲ ਜਾਂਦਾ ਗਰਮੀ ਜ਼ਿਆਦਾ ਹੋਵੇ। ਸਰੋਂ ਦਾ ਤੇਲ? ਹਾਂਜੀ। ਉਹ ਕਿਸ ਤਰ੍ਹਾਂ ਸਾ ਜੀ? ਰੋਟੀ ਜੇ ਪਾ ਕੇ ਦੇਈ। ਅੱਛਾ ਅੱਛਾ, ਰੋਟੀ ਹੋ ਰਿਹਾ ਜੀ? ਹਾਂ, ਇੱਕ ਮੈਂ ਤੁਹਾਨੂੰ ਇੱਕ ਫਾਰਮੂਲਾ ਦੱਸ ਦਿੰਦਾ, ਦਵਾਈ ਇਹ ਅੱਸੂ ਦੀ ਜਿੰਨੀਆਂ ਬਾਜ਼ੀਆਂ ਉਹਨਾਂ ਅੱਸੂ ਦੀਆਂ ਉਹ ਦੇਸੀ ਘਿਓ ਦੀ ਰੋਟੀ ਪਾਉਂਦਾ ਨਾ ਅਤੇ ਉਹ ਸਰੋਂ ਦੀ ਤੇਲ ਦੀ ਰੋਟੀ ਪਾਉਣੀ ਸ਼ੁਰੂ ਕਰ ਦੇਵੇ, ਉਹਦੇ ਕਬੂਤਰ ਜਦੋਂ ਸਰੀ ਹੋਣਗੇ 3-4 ਘੰਟੇ 5 ਘੰਟੇ ਤੋਂ ਵੱਧ ਨਹੀਂ ਉੱਡਣਗੇ। ਇੱਕ ਤਾਂ ਉਹਦੇ ਕਬੂਤਰ ਬਚ ਜਾਣਗੇ, ਇੱਕ ਕਬੂਤਰਾਂ ਦੇ ਕੁੰਡੇ ਬਚ ਜਾਣਗੇ। ਜਦੋਂ ਵੇਖਣਾ ਵੀ 4 ਫਟਕਾ ਰਹਿ ਗਈਆਂ ਤਾਂ ਫਿਰ ਦੇਸੀ ਘਿਓ ਦੇ ਭੋਰੇ ਪਾਵੇ, ਕਬੂਤਰ ਸ਼ਾਮ 'ਤੇ ਚਲੇ ਜਾਣਗੇ। ਇਹ ਵੀ ਇੱਕ ਫੀਸ ਬੀਜ ਲਈ ਅਸੀਂ ਤੁਹਾਨੂੰ ਦੱਸਿਆ ਜੀ, ਕਿਸੇ ਉਸਤਾਦ ਨੂੰ ਨਹੀਂ ਇਹ ਪਤਾ ਹੈਗਾ, ਪੁਰਾਣੇ ਕੋਈ ਚੰਦ ਉਸਤਾਦਾਂ ਨੂੰ ਪਤਾ ਹੋਏਗਾ ਜੀ। ਸਾਰਾ ਕਮਾਲ ਰੋਟੀ ਦਾ ਜੇ ਇਹ ਗੱਲ ਪੱਲੇ ਬੰਨ ਲਓ, ਕਬੂਤਰ ਬਾਜ਼ੋ, ਰੋਟੀ ਤੋਂ ਸਵਾ ਕੋਈ ਸ਼ੈ ਨਹੀਂ ਜੀ। ਕਜਾ ਤੂੰ ਆਪ ਮਰਜ਼ੀ ਨਾ ਖਾਣਾ, ਕਜਾ ਮੈਂ ਉਂਗਲਾਂ ਤੁਨ ਤੁਨ ਕੇ ਖਵਾਉਣਾ, ਸਹੀ, ਉਹਦੇ 'ਚ ਪੇਟ ਖਰਾਬ ਹੋਣ ਦੇ ਚਾਂਸ 90% ਹੁੰਦੇ। ਜਿਹੜਾ ਉਹਨੇ ਆਪ ਖਾਣਾ ਨਾ ਉਹਦੇ 'ਚ ਪੇਟ ਨਹੀਂ ਖਰਾਬ ਹੋਏਗਾ, ਜਿੰਨੀ ਤਮੰਨਾ ਖਾ ਕੇ ਪਾਸੇ ਹੋਈਏਗਾ। ਤੇ ਭਾਈ ਜੀ ਬੜਾ ਅਮਲ ਦਖਲ ਜੀ ਹੈ ਛੋਟੀਆਂ ਛੋਟੀਆਂ। ਸਹੀ, ਰੋਟੀ ਕਿਸ ਕਿਸਮ ਦੀ ਹੋਣੀ ਚਾਹੀਦੀ ਫਿਰ? ਰੋਟੀ ਭਾਈ ਜੀ, ਰੋਟੀ ਵੀ ਤੁਹਾਨੂੰ ਦੱਸ ਦਿੰਦੇ ਹਾਂ। ਜਾਓ ਤੁਸੀਂ ਲੈਣਾ ਇੱਕ ਪੇੜਾ ਆਟੇ ਦਾ ਸਾਦਾ, ਉਹਦੇ ਵਿੱਚ ਕੋਈ ਕਣਕ ਦਾ, ਆਹੋ 15-20 ਬਦਾਮ ਗ੍ਰੈਂਡ ਕਰਕੇ ਪਾ ਲਓ, ਕੋਈ ਥੋੜ੍ਹੇ 4 ਮਗਦ ਪਾ ਲਓ, 1-2 ਕਾਲੀ ਮਿਰਚਾਂ ਪਾ ਲਓ, ਥੋੜ੍ਹੀ ਸੌਂਫ ਪਾ ਲਓ, ਉਹਨੂੰ ਗ੍ਰੈਂਡ ਕਰ ਲਵੋ ਆਟੇ ਦੇ ਵਿੱਚ ਪਾ ਕੇ, ਅਤੇ 1 ਚਮਚ ਅੱਸੂ ਹੋਵੇ ਅਤੇ ਤੇਲ ਵਸਾ ਹੋਵੇ ਅਤੇ ਦੇਸੀ ਘਿਓ, ਅਤੇ ਦੁੱਧ ਦੇ ਨਾਲ ਗੁੰਨ ਕੇ ਰੋਟੀ ਪਕਾ ਲਓ, ਉਹਨੂੰ ਫੁੱਲ ਲਾਲ ਕਰ ਲਓ, ਲਾਲਗੀ ਜਿਹੜੀ ਲਾ ਕੇ ਜੋੜਿਆ ਨੂੰ ਪਾ ਦਿਓ, ਬਾਕੀ ਭੋਰੇ ਕਰਕੇ ਉੱਡਣ ਵਾਲੇ ਨੂੰ ਪਾ ਦਿਓ, ਅਗਲੇ ਸਾਲ ਆਪਣਾ ਰਿਜ਼ਲਟ ਵੇਖ ਲੈਣਾ। ਇਹ ਤੁਸੀਂ ਦੱਸ ਰਹੇ ਹੋ ਡਾਇਟ ਜਦੋਂ ਆਫ ਸੀਜ਼ਨ ਹੋਏਗਾ? ਹਾਂ, ਜਦੋਂ ਪਟਾਈਆਂ ਹੋਣਗੀਆਂ। ਨਹੀਂ, ਇਹ ਪਟਾਈਆਂ ਦੀ ਤੁਹਾਨੂੰ ਦੱਸਾਂਗੇ, ਆਫ ਸੀਜ਼ਨ ਜਿਹਦੇ ਆਮ ਦਾਣਾ ਪੈਂਦਾ ਉਹਦੇ 'ਚ ਤੁਸੀਂ ਪਤਾ ਕੀ ਤਾਕਤਵਰ ਚਨੇ ਪਾ ਲਓਗੇ, ਦਾਲਾਂ ਪਾ ਲਓਗੇ, ਮਕਈ ਪਾ ਲਓਗੇ, ਇਹ ਤੁਹਾਨੂੰ ਮੈਂ ਪਟਾਈਆਂ ਦੀ ਦੱਸਣ ਦਿਆਂ। ਅਤੇ ਖਾਲੀ ਬਾਜਰਾ ਅਤੇ ਚਨੇ ਪਾਓ, ਵਿੱਚ ਮੱਕੀ ਹੋ ਸਕੇ ਦਿਲ ਕਰੇ ਪਾ ਲਓ, ਤਾਂ ਜਾਓ ਜਦੋਂ ਪਟਾਈਆਂ ਹੋਣਗੀਆਂ ਕਬੂਤਰ ਸਰੀ ਹੋਣਗੇ ਆਪਣੇ ਕਬੂਤਰ ਵੇਖ ਲੈਣਾ, ਜ਼ਿੰਦਗੀ 'ਚੋਂ ਜਿਹਦੇ ਤਿਆਰ ਨਹੀਂ ਹੋਏ ਹੋਣਗੇ ਜਿਹਦੇ ਹੋਣ ਹੋਣਗੇ। ਵਾਹ 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 ਵਾਹ, ਪਰ ਵੇਖ ਲੈਣਾ, ਜਿਹੜੇ ਕਹਿੰਦੇ ਨਾ ਸਾਡੇ ਪਰ ਘੱਟ ਜਾਂਦੇ ਨੇ, ਖਰਾਬ ਹੋ ਜਾਂਦੇ, ਕਦੀ ਜ਼ਿੰਦਗੀ ਇਹ ਪਰ ਨਹੀਂ ਖਰਾਬ ਹੋਏਗਾ। ਠੀਕ ਹੋ ਗਿਆ। ਅੱਛਾ ਉਸਤਾਦ ਜੀ, ਇਹ ਤਾਂ ਗੱਲ ਹੋ ਗਈ ਨਾ ਖੁਰਾਕ ਦੀ, ਆਹਾ, ਜਿਹੜੀ ਡਾਇਟ ਦੇਣੀ ਬਦਾਮਾਂ ਵਾਲੀ, ਆਹਾ, ਉਹ ਕੀ ਦੇਣੀ ਹੈ? ਜਦੋਂ ਕਬੂਤਰਾਂ ਦੀਆਂ ਰਹਿ ਜਾਂਦੀਆਂ ਨਾ 10 ਕੁ, ਪਹਿਲੇ ਨੰਬਰ 'ਤੇ ਤਾਂ ਗੱਲ ਪਤਾ ਕੀ ਹੈ, ਕਬੂਤਰ ਬਾਜ਼ ਇਹ ਗੱਲ ਆਪਣੇ ਪੱਲੇ ਬੰਨ ਲੈਣ ਕਿ ਕਬੂਤਰ 7 ਵਜੇ ਉਡਾਉਣਾ ਹੈ, ਜਿੰਨੀ ਦੇਰ ਤੱਕ 4-5 ਫੜਕਾ ਰਹਿ ਜਾਂਦਾ ਜਾਣ, ਕਬੂਤਰਾਂ ਦੀਆਂ ਕੱਸਾਂ ਪੂਰੀਆਂ ਕਰਨੀਆਂ, ਜਿੰਨੀ ਦੇਰ ਤੱਕ ਕਬੂਤਰ ਮੂੰਹ ਬੰਦ ਕਰਕੇ ਨਾ ਨਾ ਪਵੇ, ਮੂੰਹ ਬੰਦ ਕਰਕੇ ਉਨੀ ਦੇਰ ਤੱਕ ਉਹਨੂੰ ਦੁਪਹਿਰਾਂ ਹੀ ਲਵਾਈ ਜਾਣੀਆਂ, ਕਿਉਂਕਿ ਉਹਦੀਆਂ ਕੱਸਾਂ ਨਹੀਂ ਬਣੀਆਂ। ਅਤੇ ਜਦੋਂ ਕਬੂਤਰ ਵੇਖੋ ਨਾ ਵਗਣੇ ਸ਼ੁਰੂ ਹੋ ਗਏ ਨੇ, ਕਬੂਤਰ ਕਮਜ਼ੋਰ ਹੋਣੇ ਸ਼ੁਰੂ ਹੋ ਗਏ, ਨਜ਼ਰ ਆ ਰਹੇ ਨੇ, ਭੋਰੇ ਨਹੀਂ ਬੰਦ ਕਰਨੇ, ਭੋਰੇ ਸਿਰਫ 8 ਦਿਨ ਬੰਦ ਕਰਨੇ, ਜਦੋਂ ਬਾਹਰ ਛੱਡਦੇ ਨੇ 8 ਦਿਨਾਂ ਬਾਅਦ ਫਿਰ ਸ਼ੁਰੂ ਕਰਦੇ ਨੇ। ਅਤੇ ਭਾਈ ਜੀ ਫਿਰ ਖੁਰਾਕ ਬਣਾਓ ਬਦਾਮਾਂ ਦੀ, ਉਹਦੇ ਵਿੱਚ ਤੁਸੀਂ ਮੋਟੀ ਇਲਾਚੀ ਦੇ 2-2 ਫੀ ਕਬੂਤਰ 2 ਦਾਣੇ ਅਤੇ 2 ਮਣੱਕੇ, 10 ਕਬੂਤਰ ਹੋਣ ਅਤੇ 2 ਮਣੱਕੇ, 5 ਕਬੂਤਰ ਹੋਣ ਅਤੇ 1 ਮਣੱਕਾ, ਇਹ ਖੁਰਾਕ ਦਿਓ ਉਹਨਾਂ ਨੂੰ ਸੁਬਹਾ ਦੁਪਹਿਰ ਸ਼ਾਮ। ਅਤੇ ਬਦਾਮਾਂ ਦੀ ਕੀ ਤਾਦਾਦ? ਬਦਾਮ ਫੀ 3 ਬਦਾਮਾਂ ਦੀ 1 ਗੋਲੀ ਬਣਦੀ ਹੈ। ਹਾਂਜੀ, 3 ਗਿਰੀਆਂ ਦੀ 1 ਗੋਲੀ ਬਣਦੀ ਹੈ। ਤੁਸੀਂ 2 ਗੋਲੀਆਂ ਤੋਂ ਸ਼ੁਰੂ ਕਰੋ ਅਤੇ ਉਹਨਾਂ ਨੂੰ ਨਾ ਸੁਬਹਾ ਸਾਜਰੇ 4:30-5 ਵਜੇ 6-6 ਗੋਲੀਆਂ ਲਾਓ। ਐ ਹੁਣ ਤੁਸੀਂ ਦੱਸ ਰਹੇ ਹੋ ਕਿ ਜਿਸ ਦਿਨ ਡੱਕ ਹੋਈ? ਹਾਂ, ਡੱਕ ਯਾਨੀ ਕਿ ਜਦੋਂ ਆਖਰੀ 6-8 ਮਿੰਟਾਂ ਰਹਿ ਗਈਆਂ, 6-6 ਗੋਲੀਆਂ ਸੁਬਹਾ ਡੱਕ ਵਾਲੇ ਦਿਨ ਲਾਓ, 10 ਵਜੇ ਉਹਨਾਂ ਨੂੰ ਭੋਰੇ ਪਾਓ, 2 ਵਜੇ ਦਾਣਾ ਪਾਓ, ਸ਼ਾਮ ਨੂੰ ਜੇ ਦਿਨ ਸੁਬਹਾ ਉੱਡਦੇ ਰਾਤ ਨੂੰ 3-3 ਗੋਲੀਆਂ ਲਾਓ, ਜੇ ਦਿਨ ਡੱਕ ਹੋਵੇ ਉਸ ਦਿਨ ਵੀ 6-6 ਗੋਲੀਆਂ ਰਾਤ ਨੂੰ ਲਾਓ। ਤੁਸੀਂ ਕਬੂਤਰ ਵੇਖਣਾ ਕਿ ਤੁਹਾਡਾ ਕਬੂਤਰ ਨੁਸਖਾ ਨਹੀਂ ਮੰਗੇਗਾ। ਸਹੀ ਗੱਲ, ਖੁਰਾਕ ਹੀ ਉਹਦੇ ਅੰਦਰ ਇੰਨੀ ਹੋਈ ਹੈ ਇਸੇ ਤਰ੍ਹਾਂ। ਸਰ ਜੀ, ਇਹ ਗੱਲ ਹੋ ਰਹੀ ਸੀ ਖੁਰਾਕ ਦੀ, ਮੇਰੇ ਜ਼ਿਹਨ 'ਚ ਸਵਾਲ ਆ ਗਿਆ, ਨੁਸਖਾ ਵੀ ਬੜਾ ਇੰਪੋਰਟੈਂਟ ਹੋ ਜਾਂਦਾ ਕਿਸੇ ਜਗ੍ਹਾ ਜਾ ਕੇ,
ਦੇਸੀ ਨੁਕਸੇ ਨੂੰ ਪ੍ਰੈਫਰ ਕਰਦੇ ਹੋ ਕਿ ਅਸੀਂ ਬਲੈਸੀ ਨੂੰ ਕਰਦੇ ਆ ਕਿਉਂਕਿ ਦੇਸੀ ਥੋੜਾ ਮਹਿੰਗਾ ਤੇ ਉਸਤਾਦ ਜਿਹੜੇ ਨੇ ਪੈਸੇ ਲੈ ਲੈਂਦੇ 5-10 ਹਜ਼ਾਰ ਰੁਪਏ ਸ਼ਗਿਰਦ ਕੋ ਤੇ ਜਾ ਕੇ ਮੈਡੀਕਲ ਸਟੋਰ ਤੋਂ ਗੋਲੀਆਂ ਲਿਆ ਕੇ ਕਬੂਤਰ ਨੂੰ ਦੇ ਦਿੰਦੇ ਅੱਗੋ ਤੇਰੀ ਕਿਸਮਤ ਉੱਡ ਗਿਆ ਤੇਰੀ ਕਿਸਮਤ ਨਾ ਉੱਡਿਆ ਤੇਰੀ ਕਿਸਮਤ ਹਾਂ ਅਸੀਂ ਦੇਸੀ ਦਿੰਦੇ ਹਾਂ ਦੇਸੀ ਕਿਉਂਕਿ ਮਹਿੰਗਾ ਉਹ ਚੀਜ਼ਾਂ ਮਹਿੰਗੀਆਂ ਬਣਦੀਆਂ ਹੁਣ ਪਹਿਲੇ ਸਸਤੀਆਂ ਸੀ ਹੁਣ ਸਾਡੇ ਕੋਲ ਸਸਤੇ ਵੀ ਹੈਗੇ ਨੇ ਮਹਿੰਗੇ ਵੀ ਹੈਗੇ ਨੇ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਕੋਈ ਨੁਕਸਾ ਵੀ ਦੱਸਣਾ ਚਾਹੋਗੇ ਕਿਹੜਾ ਪੁੱਛਣਾ ਚਾਹੁੰਦੇ ਪਾਣੀ ਪੁੱਛਣਾ ਚਾਹੁੰਦੇ ਜੇ ਵਿਸਾਖ ਦਾ ਜੇਠ ਦਾ ਅਸੀਂ ਜੇਠ ਦਾ ਹੀ ਪੁੱਛਾਂਗੇ ਸਾਨੂੰ ਜੇਠ ਦੇ ਵਿੱਚ ਭਾਈ ਜੀ ਕਬੂਤਰ ਜਿਹੜੇ ਨਾ ਅਸੀਂ ਜਿਹੜਾ ਸਾਡੇ ਅਸੀਂ ਵੇਖਿਆ ਉਹ ਇਹ ਵੇਖਿਆ ਕਿ ਭਾਈ ਜੀ ਪਹਿਲੇ ਕਬੂਤਰ ਨੂੰ ਠੰਡਾ ਕਰੋ 12 ਵਜੇ ਤੇ ਰਾਤ ਨੂੰ ਥੋੜ੍ਹਾ ਜਿਹਾ ਗਰਮ ਕਰ ਦਿਓ ਤੇ ਸੁਬਾਹ ਜਦੋਂ ਉਡਾਣ ਲੱਗਦੇ ਨਾ ਉਦੋਂ ਓਲਿਆ ਦਾ ਮੁਰੱਬਾ ਹੁੰਦਾ ਉਹ ਭਿਉਂ ਕੇ ਤੁਸੀਂ ਨਿਚੋੜ ਕੇ ਰੱਖਿਆ ਹੋਵੇ ਮਿੱਠਾ ਕੱਢ ਕੇ ਉਹਦਾ ਉਹ ਜਾਣ ਲੱਗੇ ਐਡੀ ਕੁ ਗੋਲੀ ਬਣਾ ਕੇ ਨਾ ਹਰ ਕਬੂਤਰ ਨੂੰ ਦੇ ਦਿਓ ਪਾਣੀ ਦੇਣ ਤੋਂ ਪਹਿਲੇ ਉੱਤੋਂ 5-5 ਸੀਸੀ ਕਿੰਨੇ ਤਾਦਾਦ 'ਚ ਉਹ ਕਿੰਨਾ ਦੇਣਾ ਐਡੀ ਕੁ ਗੋਲੀ ਬਣਾਈ ਹੋਵੇ ਇੱਕ ਬਦਾਮ ਦੀ ਖੁਰਾਕ ਜਿੱਡੀ ਗੋਲੀ ਬਣਾ ਲਓ ਐਡੀ ਕੁ ਬਣੇਗੀ ਉਹ ਤੁਸੀਂ ਸਾਰਿਆਂ ਨੂੰ ਦੇ ਦਿਓ ਉਡਾ ਦਿਓ ਤੁਸੀਂ ਰਿਜ਼ਲਟ ਵੇਖ ਲੈਣਾ ਕਬੂਤਰਾਂ ਦੇ ਠਾਪਾ ਮਾਰ ਮਾਰ ਕੇ ਪੈਣਗੇ ਵਾਹ ਦੱਸ ਵਾਹ ਵਾਹ ਪਾਣੀ ਠੰਡਾ ਪੁੱਛਣਾ ਚਾਹੁੰਦੇ ਤੇ ਉਹ ਵੀ ਦੱਸ ਦਿੰਦੇ ਆ ਠੰਡਾ ਵੀ ਦੱਸ ਦਿਓ ਤੇ ਗਰਮ ਤੁਹਾਨੂੰ ਇੱਕ ਪਾਣੀ ਦੱਸਦੇ ਆ ਜਾਓ ਜ਼ਿੰਦਗੀ ਦੇ ਵਿੱਚ ਯਾਦ ਰੱਖਾਂਗੇ ਸਾਰੇ ਲੋਕ ਇੱਕ ਹੁੰਦਾ ਸੰਦਲ ਪੂਰਾ ਇੱਕ ਮਲੱਠੀ ਦਾ ਸੱਤ ਦੋ ਤਵਾਸ਼ੀਰ ਲੈਣੀ ਇੰਡੀਅਨ ਮਿੱਟੀ ਰੰਗ ਦੀ ਜਿਹੜੀ ਚਿੱਟੀ ਹੈ ਉਹ ਕ੍ਰਿਸਟਲ ਹੈ ਉਹ ਕਿਸੇ ਕੰਮ ਦੀ ਨਹੀਂ ਹੁੰਦੀ ਮਿੱਟੀ ਰੰਗ ਦੀ ਤਵਾਸ਼ੀਰ 3 ਤੇ ਸਬਜ਼ ਇਲਾਚੀ 4 ਇਹਨਾਂ ਨੂੰ ਯਕਸਾ ਮਕਦਾਰ 'ਚ ਲੈ ਲਵੋ ਗ੍ਰੈਂਡ ਕਰ ਦਿਓ ਗ੍ਰੈਂਡ ਐਜ਼ ਅ ਇੱਕਦਮ ਇੰਗਰੀਡੀਐਂਟਸ ਦੁਬਾਰਾ ਦੱਸਣਾ ਚੀਜ਼ਾਂ ਹਾਂ ਸੰਦਲ ਪੂਰਾ 1 ਮਲੱਠੀ ਦਾ 7-2 ਤਵਾਸ਼ੀਰ 3 ਤੇ ਛੋਟੀ ਇਲਾਚੀ 4 ਇਹ ਚਾਰੇ 5 ਚੀਜ਼ਾਂ ਨੂੰ ਇੱਕ ਜੈਸੀ ਮਕਦਾਰ 'ਚ ਲੈ ਕੇ ਗ੍ਰੈਂਡ ਕਰਕੇ ਰੱਖ ਲਓ ਇੱਕ ਚੁਟਕੀ ਇੰਜ ਕਰਕੇ ਫੜਨੀ ਫੜ ਕੇ ਤੇ ਪਾਣੀ ਦੇ ਵਿੱਚ ਸੁੱਟ ਦੇਣੀ 5 ਸੀਸੀ ਉਹਨੂੰ ਹਿਲਾ ਲੈਣਾ ਉਹ ਇੱਕ ਕਬੂਤਰ ਨੂੰ 5 ਸੀਸੀ ਪਾਣੀ ਦੇ ਜਾਣਾ ਇਹ ਜਿਸ ਦਿਨ ਨਾਗਾ ਹੋਏਗਾ ਉਸ ਦਿਨ ਠੰਡਾ ਕਰ ਸੁਬਾਹ ਉਡਾਣੇ ਤੇ ਅੱਜ ਹਾਂ ਕਈ ਬੰਦੇ ਦੁਪਹਿਰ ਨੂੰ ਦਿੰਦੇ ਕਈ ਬੰਦੇ ਉਡਾਣ ਲੱਗਿਆ ਦਿੰਦੇ ਨੇ ਹਾਂ ਇਹ ਦੋਵਾਂ 'ਚ ਕੰਮ ਕਰੇਗੀ ਇਹਦੇ ਵਾਸਤੇ ਜੇ ਤੁਸੀਂ ਸੁਬਾਹ ਦੇਣੀ ਹੈ ਜਾਂ ਦੁਪਹਿਰ ਨੂੰ ਠੰਡਾ ਦੇਣਾ ਤਾਂ ਰਾਤ ਨੂੰ ਗਰਮ ਜ਼ਰੂਰ ਕਰਨਾ ਹੈ ਕਬੂਤਰ ਨੂੰ ਗਰਮ ਕਰਨ ਤੋਂ ਬਗੈਰ ਉਡਾਣਾ ਨਹੀਂ ਹੈਗਾ ਸਹੀ ਇਸ ਤਰ੍ਹਾਂ ਹੀ ਮੋਦਿਲ ਹੁੰਦਾ ਕੰਮ ਇਹਨੂੰ ਹੀ ਮੋਦਿਲ ਕਹਿੰਦੇ ਨੇ ਨਾ ਪਹਿਲੇ ਠੰਡਾ ਬਾਜ ਗਰਮ ਮੋਦਿਲ ਜਾਂ ਪਹਿਲੇ ਗਰਮ ਬਾਜ ਠੰਡਾ ਮੋਦਿਲ ਮੋਦਿਲ ਦਾ ਮਤਲਬ ਹੁੰਦਾ ਹੈ ਨਾ ਗਰਮ ਹੋਵੇ ਤੇ ਨਾ ਠੰਡਾ ਹੋਵੇ ਬਹੁਤਾ ਠੰਡਾ ਕਰ ਲੋਗੇ ਤਦ ਵੀ ਨਹੀਂ ਉੱਡੇਗਾ ਬਹੁਤਾ ਗਰਮ ਕਰ ਲੋਗੇ ਤੇ ਜਲਦੀ ਆਈਏਗਾ ਜਲਦੀ ਆਈਏਗਾ ਸਮਾਨ ਜਾਏਗਾ ਗੋਲੀ ਵਾਂਗੂ ਲੇਕਿਨ ਆਏਗਾ ਵੀ ਉੱਜ ਮੋਦਿਲ ਕਬੂਤਰ ਜਿਹੜਾ ਨਾ ਪਹਿਲੇ ਗਰਮੀ ਤਲਖੀ 'ਚ ਸਮਾਨ ਚੱਲ ਜਾਂਦਾ 2 ਘੰਟੇ ਫਿਰਦਾ ਤੇ ਉਹ ਜਿਹੜੀ ਠੰਡੀ ਸ਼ੈ ਆਉਂਦੀ ਨਾ ਫਿਰ ਆਪਣੀ ਲਸ 'ਚ ਲੈ ਆਉਂਦੀ ਉਹ ਫਿਰ ਠੰਡਾ ਹੀ ਫਿਰਦਾ ਰਹਿੰਦਾ ਸਹੀ ਸਹੀ ਹਾਂ ਇਹ ਤਾਂ ਚਲੋ ਹੋ ਗਿਆ ਨਾ ਠੰਡਾ ਪਾਣੀ ਗਰਮ ਪਾਣੀ ਕਿਸ ਤਰ੍ਹਾਂ ਕਰਨਾ ਗਰਮ ਕਬੂਤਰ ਕਰੀ ਤੇ ਕੋਈ ਆਪਣੇ ਆਪਣੇ ਫਾਰਮੂਲੇ ਨੇ ਕੋਈ ਜ਼ਾਫਰਾਨ ਦਾ ਪਾਣੀ ਬਣਾ ਕੇ ਦੇ ਦਿੰਦਾ ਜੇ ਕੋਈ ਸੋਨੇ ਦਾ ਵਰਕ ਨਾ ਗਰਮ ਕਰ ਲੈਂਦਾ ਜੇ ਹਾਂ ਹਜ਼ਾਰਾਂ ਕੁਛ ਦੇ ਨੇ ਹਾਂ ਕਸਤੂਰੀ ਜੋ ਵੀ ਅੰਬਰ ਹੋ ਗਈ ਕਸਤੂਰੀ ਹੋ ਗਈ ਜਵਾਰ ਮੋਰਾ ਹੋ ਗਿਆ ਦਵਾਲ ਮਿਕਸ ਹੋ ਗਈ ਇਹ ਚੀਜ਼ਾਂ ਦਾ ਗਰਮ ਕਰਦੇ ਨੇ ਅਸੀਂ ਤੇ ਜ਼ਾਫਰਾਨ ਨਾਲ ਗਰਮ ਕਰਨੇ ਆ ਅਸੀਂ ਰਾਤ ਨੂੰ ਜਿਹੜੀ ਖੁਰਾਕ ਕੁੱਟਨੇ ਆ ਨਾ ਕਬੂਤਰਾਂ ਦੇਣ ਵਾਸਤੇ ਉਹਦੇ ਵਿੱਚ ਅਸੀਂ 2 ਚੀਜ਼ਾਂ ਐਡ ਕਰ ਲੈਂਦੇ ਇੱਕ ਕਾਲੀ ਮਿਰਚ 7 ਕਬੂਤਰ ਲੈਣਾ ਤੇ 7 ਗੋਲੀਆਂ ਦੇਣੀਆਂ ਕਾਲੀ ਮਿਰਚ ਦੀ ਇੱਕ ਕਾਲੀ ਮਿਰਚ ਪਾ ਲੈਂਦੇ ਆ ਤੇ ਕੋਈ 7 ਕੱਖ ਜ਼ਾਫਰਾਨ ਦੇ ਪਾ ਲੈਂਦੇ ਉਸੇ ਖੁਰਾਕ ਦੀ ਉਹੀ ਖੁਰਾਕ ਜਦੋਂ ਅਸੀਂ ਦੇਣ ਲੱਗਣੇ ਆ ਇੱਕ ਇੱਕ ਗੋਲੀ ਉਹ ਵੀ ਨਾਲ ਦੇ ਦਿੰਦੇ ਉਹਦੇ ਨਾਲ ਕਬੂਤਰ ਦਾ ਰੇਸ਼ਾ ਬਾਦੀ ਥੱਕਣ ਖਲੀਆਂ ਸਭ ਟੁੱਟ ਜਾਂਦੀਆਂ ਕਬੂਤਰ ਫਰੈਸ਼ ਹੋ ਜਾਂਦਾ ਵਾਹ ਕੀ ਬਾਤ ਆ ਉਸਤਾਦ ਜੀ ਬਹੁਤ ਸ਼ੁਕਰੀਆ ਤੁਹਾਡੀ ਅੱਜ ਦੀ ਗੁਫ਼ਤਗੂ ਬਹੁਤ ਹੀ ਆਲਾ ਸੀ ਅਤੇ ਦੋਸਤੋ ਹੁਣ ਅਸੀਂ ਬਣਾਉਣ ਲੱਗੇ ਹਾਂ ਇੱਕ ਵੀਡੀਓ ਜੋ ਕਿ ਅਸੀਂ ਸਿਰਫ ਸ਼ੌਕ 'ਤੇ ਬਣਵਾਵਾਂਗੇ ਅਤੇ ਇਹ ਬਹੁਤ ਹੀ ਕਮਾਲ ਦੀ ਇਨਫੋਰਮੇਟਿਵ ਵੀਡੀਓ ਸੀ ਅਤੇ ਸਾਡੀ ਤਾਂ ਦੁਆ ਹੈ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਫਾਇਦਾ ਹੈ ਔਰ ਮੁਤਾਜੀ ਖਤਮ ਹੋਏ ਨੇ ਸਾਹ ਜੀ ਅਸੀਂ ਤੁਹਾਡੇ ਵਾਸਤੇ ਇਹੀ ਕਰ ਸਕਦੇ ਹਾਂ ਕਿ ਤੁਸੀਂ ਇਹ ਜਿਹੜੇ ਪੈਦਾਗੀਰ ਲੋਕ ਨੇ ਇਹਨਾਂ ਕੋਲ ਤੁਹਾਡੀ ਜਾਨ ਛੁੱਟ ਜਾਵੇ ਤੁਹਾਡਾ ਆਪਣਾ ਸ਼ੌਕ ਹੈ ਤੁਸੀਂ ਆਪ ਹੀ ਕਰੋ ਤਾਂ ਕਿ ਤੁਸੀਂ ਬਾਜ਼ਨ ਨਾ ਹੋ ਕਬੂਤਰਬਾਜ਼ੀ ਤੋਂ ਇਸ ਟਾਈਮ ਜਿਹੜੇ ਉਸਤਾਦ ਆ ਗਏ ਨੇ ਕਬੂਤਰਬਾਜ਼ੀ ਤੋਂ ਬਾਜ਼ਨ ਕਰਨ ਦੇ ਲੋਕਾਂ ਨੂੰ ਹਾਂਜੀ ਗੱਲ ਸਮਝਦੇ ਹੋ ਅਸੀਂ ਸ਼ਜਾਓ ਬੱਟ ਸਾਹਿਬ ਦੇ ਸ਼ਗਿਰਦਾਂ ਕਹੂ ਬੱਟ ਸਾਹਿਬ ਦੇ ਗਵਾਲ ਮੰਡੀ ਵਾਲਿਆਂ ਦੇ ਸਾਨੂੰ ਉਹਨਾਂ ਨੇ ਇੱਕੋ ਹੀ ਸਬਕ ਦਿੱਤਾ ਕਿ ਬੇਟਾ ਸੱਚਾਈ 'ਤੇ ਮਬਨੀ ਰਹਿਣਾ ਤੇ ਜਿੰਨਾ ਭਲਾ ਹੋ ਸਕੇ ਕਰੋ ਸੋਬਤ ਕਾ ਅਸਰ ਹੈ ਅਗਰ ਆਪਨੇ ਕਬੂਤਰਬਾਜ਼ੀ ਦੁਨੀਆ ਮੇ ਕਿਸੀ ਨੇ ਸਿੱਖਣੀ ਹੈ ਤਾਂ ਕਿਸੀ ਮਾੜੇ ਬੰਦੇ ਸੇ ਪਿਆਰ ਕਰੇ ਮਾੜੋ ਕੇ ਸਾਥ ਰਹੇ ਵੋਹੀ ਆਪਕੋ ਆਗੇ ਬਣਾਏਗੇ ਯੇ ਜੋ ਸਭ ਅਮੀਰ ਲੋਕ ਉਸਤਾਦ ਹੈ ਯੇ ਸਭ ਫਰਾਡੀ ਹੈ
पैदा गिर है, इनका काम ही यही है दिखा के लूटना। सही बात, तो इनसे बच के रहें। बात समझे, मैंने सब उस्तादों को जानता हूँ, जितने भी लाहौर में उस्ताद है ना, ये सब पैदा गिर है। बात समझ रहे हो, कोई एक आधा अच्छा हो तो हम नहीं कह सकते, ये सिर्फ खाने का एक ढंग बनाया है ना लोगों ने, ना तो चंगा कबूतर देते ना चंगा नुस्खा देते। सही बात, नहीं जेड़ा सच्चा है मेरे सामने ले आओ, मैं साबित कर दियांगा क्या की। अच्छा भाई, तुहाड़ी नज़र च इस टाइम जेड़ा लाहौर दा खिलाड़ी जा रहा है या पंजाब दा, वो केड़ा सरगर्म खिलाड़ी तुहाड़ी नज़र च बेहतरीन जा रहा है? असी तो अपने अर्गा बंदा ही पसंद करना है, गल समझ लियो। इस टाइम जेड़ा उबर दा खिडारी है ना पाकिस्तान दे विच, जेड़ा आन वाले चार पाँच छे साल नाम बनाएगा, वह फैसलाबाद दा राणा मुन्ना है, उहदे ते असी इस गल्लों बड़ा खुश हाँ कि यार उन्हें किसी ना ही नहीं की। मोइन नवाज घूमन एक ब्रांड है, हारी सारी बंदा डरदा उहदे नाल बाजी नहीं लाता, उन्हें 15 छत्ता पेश कीतिया, उन्हें कहा 15 ही आन दिओ, तो इस तो वड्डा कहड़ा खिडारी हुंदा जी। राजी आ, ਉਹਨੂੰ ਕਿਸੇ ਚੀਜ਼ ਦੀ ਲੋੜ ਹੋਵੇ ਮੈਂ ਉਹਦੇ ਨਾਲ ਵੈਲਕਮ ਤਿਆਰ ਹਾਂ, ਹਰ ਤਰ੍ਹਾਂ ਸਪੋਰਟ ਕਰਨ ਲਈ, ਮਾਲੀ ਵੀ ਜਾਨਵਰਾਂ ਨਾਲ ਵੀ ਹਰ ਪਾਸੇ ਹੋਵੇ। ਕਿਆ ਬਾਤ ਆ ਸਾਹ ਜੀ, ਵਾਹ, ਮੇਰਾ ਉਹ ਆਈਡੀਅਲ ਖਿਡਾਰੀ। ਵਾਹ ਜੀ ਵਾਹ। ਔਰ ਲਾਹੌਰ ਦੇ ਵਿੱਚ ਸਾਹ ਜੀ ਇਹੋ ਜਿਹਾ ਕਿਹੋ ਜਿਹਾ ਖਿਡਾਰੀ ਵੇਖ ਰਹੇ ਹੋ ਲਾਹੌਰ ਦੇ? ਲਾਹੌਰ ਦੇ ਵਿੱਚ ਸਾਹ ਜੀ ਖਿਡਾਰੀ ਜਿਹੜਾ ਇਸ ਟਾਈਮ ਟੌਪ 10 ਜਾ ਰਿਹਾ ਨਾ, ਉਹ ਮਲਕ ਬਾਬਰ ਹੀ ਹੈ, ਉਹ ਆਉਣ ਵਾਲੇ ਵਕਤ ਦਾ ਹੀਰੋ ਹੈ। ਮਲਕ ਬਾਬਰ ਕਿਹੜੇ ਵਾਲੇ, ਪੈਰਾਗੋਨ ਵਾਲੇ? ਨਹੀਂ ਜੀ ਨਹੀਂ, ਉਹ ਕੀ ਨਾਂ ਹੈ ਜੀ, ਮਲਕ ਬਲਾਲ ਸਾਹਿਬ, ਸੋਰੀ ਮਲਕ ਬਲਾਲ। अगर छज आके वेखी मैं जावांगा, उन्ना को जरूर जावांगा पीर मंगल नूं, ते तुसी अगर उन्ना दी छत वेखो ते कोई एडी वड्डी छत नहीं है, छोटे लेवल दी छत हैगी, सारे शकीन बड़ा वड्डा ना, और पंगे उन्ना ने पूरे पूरे ते आई दलेरी हुंदी है, आई उबर दा खिडारी हुंदा जेड़ा किसे नूं मंदा ही नहीं हैगा। सही गल है। देखो जी, हार जित मैं कहना, मैं शाम बेंदे कबूतर, एक बंदे नाल मेरी बाजी लग गई, ਉਹ ਮੇਰੇ ਕੋਲ ਇੱਕ ਦਿਨ ਆਇਆ ਤੇ ਮੇਰੇ ਕਬੂਤਰ 12:30 ਵਜੇ ਬਹਿ ਗਏ, ਮੇਰੇ ਕਹਿੰਦਾ ਕਿੰਨੇ ਉੱਤੇ ਨੇ, ਮੈਂ ਕਿਹਾ ਸਾਰੇ ਬਹਿ ਗਏ, ਉਹਨੇ ਕਿਹਾ ਸਾਡਾ ਤਾਂ ਪਹਿਲਾਂ ਹੀ 5 ਵਜੇ ਪੈਂਦਾ, ਮੈਂ ਕਿਹਾ ਇੱਜ਼ਤ ਦੀ ਤਾਂ ਅੱਲਾ ਦੇ ਹੱਥ 'ਚ ਆ, ਜਿਹਦਾ ਮੈਦਾਨ ਲੱਗੇਗਾ ਪਤਾ ਉਸ ਨੂੰ ਲੱਗੇਗਾ, ਅਤੇ ਅਸੀਂ ਜਿੱਤ ਗਏ ਹਾਂ, ਉਹ ਸ਼ਾਮ ਲਾਟੀਆਂ ਨੂੰ ਅਸੀਂ ਜਿੱਤ ਗਏ ਹਾਂ, ਗੱਲ ਸਮਝਦੇ, ਉਹ ਅੱਲਾ ਦੇ ਹੱਥ 'ਤੇ, ਦਲੇਰੀ ਬੜੀ ਵੱਡੀ ਚੀਜ਼ ਹੈ, ਗੱਲ ਸਮਝਦੇ। ਮੇਰਾ ਤੁਸੀਂ ਇਸ ਪੂਰੇ ਗੁਲਬਰਗ 'ਚ ਆ ਕੇ ਪੁੱਛ ਲਵੋ ਕਿਸੇ ਨੂੰ, ਉਹ ਤੁਹਾਨੂੰ ਕਹੇਗਾ ਐਡਾ ਦਲੇਰ ਬੰਦਾ ਅਸੀਂ ਜ਼ਿੰਦਗੀ 'ਚ ਨਹੀਂ ਵੇਖਿਆ, ਇੰਨੇ ਕਿਸੇ ਨੂੰ ਮੰਨਿਆ ਹੀ ਨਹੀਂ, ਕਹਿੰਦੇ ਕਿ ਆ ਜਾ ਬਾਜ਼ੀ ਦਾ, ਅੱਲਾ ਦੀ ਕਸਮ ਹੈ 10 ਰੁਪਈਏ 20 ਰੁਪਈਏ ਘਰੋਂ ਖਰਚਾ ਮਿਲਦਾ ਜੀ, ਜਦੋਂ ਅਸੀਂ ਸ਼ੋਪ ਕਰਦੇ ਹਾਂ ਉਦੋਂ 10-20 ਰੁਪਈਏ 500 ਦੇ ਬਰਾਬਰ, ਅਤੇ ਪਰ ਅਸੀਂ ਕਿਸੇ ਨੂੰ, ਸਾਨੂੰ ਕਿਸੇ ਨੇ ਕਿਹਾ 10,000 ਦੀ ਬਾਜ਼ੀ, ਅਸੀਂ ਕਿਹਾ ਲੱਗ ਗਈ, ਭਾਵੇਂ ਘਰ ਆ ਕੇ ਲੜ ਕੇ ਪੈਸੇ ਲੈ ਲੈ, ਅਤੇ ਗੱਲ ਪਤਾ ਕਿ ਦਲੇਰੀ ਬੜੀ ਵੱਡੀ ਕਬੂਤਰਬਾਜ਼ੀ ਜੀ, ਜਿਹੜਾ ਦਲੇਰ ਜੀ ਉਹ ਹੀ ਇੱਦਾਂ ਹੁੰਦਾ ਜੀ। ਮੋਇਨ ਨਵਾਜ਼ ਘੁੰਮਣ ਸਾਹਿਬ ਬੜੇ ਵੱਡੇ ਲੈਜੈਂਡ ਉਸਤਾਦ ਨੇ, ਅਸੀਂ ਉਹਨਾਂ ਦੀ ਬੜੀ ਰਿਸਪੈਕਟ ਕਰਦੇ, ਅਸੀਂ ਉਹਨਾਂ ਨੂੰ ਬੜਾ ਮੰਨਦੇ ਹਾਂ, ਹਾਂ ਐਸੇ ਗੱਲ ਸਮਝਦੇ ਹੋ, ਇਹ ਕੋਈ ਤੰਜ਼ੀਆ ਨਹੀਂ ਗੱਲ ਹੈਗੀ, ਲੇਕਿਨ ਇੱਕ ਗੱਲ ਕਰਨ ਦੇ ਕਿ ਇੱਕ ਬੰਦੇ ਨੇ ਉਹਨੂੰ ਕਬੂਲ ਕੀਤਾ ਕਿ ਤੂੰ ਸਾਨੂੰ ਆਵਾਜ਼ ਮਾਰੀ ਅਸੀਂ ਹਾਜ਼ਰ ਹਾਂ, ਅਤੇ ਉਹ ਕਬੂਲ ਕਰਨਾ ਹੈ ਕੋਈ ਆਮ ਬੰਦੇ ਦਾ ਥੋੜ੍ਹੀ ਕੰਮ ਹੈ, ਉੱਥੇ ਫੈਸਲਾਬਾਦ ਹੋਰ ਵੀ ਤਾਂ ਬੜੇ ਕਲਗੀਆਂ ਵਾਲੇ ਬੈਠੇ ਨੇ ਜਿਹੜੇ ਕਹਿੰਦੇ ਸਾਡੇ ਪਿਓ ਦਾਦੇ ਤੋਂ ਕਬੂਤਰਬਾਜ਼ ਆ ਸੀ, ਸਾਨੂੰ ਕਿਸੇ ਨੇ ਜਿੱਤਿਆ ਨਹੀਂ, ਉਹਨੂੰ ਕਿਸੇ ਨੇ ਕਬੂਲ ਨਹੀਂ ਕੀਤਾ, ਕਬੂਲ ਕਰਨਾ ਬੜੀ ਵੱਡੀ ਗੱਲ ਜੀ, ਇਹ ਦਲੇਰੀ ਹਰ ਇਨਸਾਨ 'ਚ ਨਹੀਂ ਜੀ ਹੁੰਦੀ, ਪੈਸੇ ਵਾਲਾ ਵੀ ਬੰਦਾ ਐਡਾ ਦਲੇਰ ਨਹੀਂ ਜੀ ਹੁੰਦਾ, ਇਹ ਵੀ ਯਾਦ ਰੱਖਣਾ, ਇਹ ਉਹਨੂੰ ਹੀ ਐਪਰੀਸ਼ੀਏਟ ਰਾਣੇ ਮੁੰਡੇ ਨੂੰ, ਉਹਨੇ ਕਿਹਾ ਖਾਲੀ ਨਾ ਜਾਈ, ਵਾਹ ਵਾਹ, ਤਿੰਨਾਂ ਬਾਜ਼ੀਆਂ ਲੱਗਣਗੀਆਂ ਜਿੰਨੇ ਦੀਆਂ ਕਹੇਗਾ, ਅਤੇ ਸਾਹ ਜੀ ਮੇਰੇ ਹਿਸਾਬ ਦੇ ਮੁਤਾਬਕ ਤਾਂ ਦਲੇਰੀ ਸਭ ਤੋਂ ਵੱਡੀ ਕਬੂਤਰਬਾਜ਼ੀ ਦਾ ਆਰਟ ਜੀ। ਸਹੀ ਗੱਲ, ਮੈਂ ਐਸੇ ਐਸੇ ਉਸਤਾਦ ਵੇਖੇ ਨੇ, ਗਾਂਡੂ ਉਸਤਾਦ ਸ਼ਾਮ ਬਹਿੰਦੇ ਨੇ ਕਬੂਤਰ ਸਵੇਰੇ 8 ਵਜੇ ਬਾਅਦ ਉਡਾ ਕੇ ਬਾਜ਼ੀ ਹਾਰ ਜਾਂਦੇ ਨੇ, ਉਹਦੀ ਵਜ੍ਹਾ ਕੀ ਹੈ, ਦਲੇਰੀ ਨਹੀਂ ਹੈਗੀ, ਡਰ ਜਾਂਦੇ ਨੇ ਰਾਤ, ਅਤੇ ਜਿਹੜਾ ਡਰ ਗਿਆ ਉਹ ਮਰ ਗਿਆ, ਜਿੱਤਦਾ ਮੈਦਾਨ ਉਹੀ ਹੈ ਜਿਹਨੇ ਸੀਨਾ ਚੌੜਾ ਕਰਕੇ ਅੱਗੇ ਜਾਣਾ। ਸਹੀ ਗੱਲ, ਐਵੇਂ ਕਹਿੰਦੇ ਨੇ ਗੁਰਦੇ ਵਾਲੇ ਭਲਵਾਨ ਹੁੰਦੇ ਨੇ, ਗੱਲ ਸਮਝਦਾ, ਅੱਗ ਦੇ ਵਿੱਚ ਕੌਣ ਵੜਦਾ ਜੀ, ਐਡੇ ਦਿਲ ਵਾਲਾ, ਐਡੇ ਦਿਲ ਤੇ ਅੱਗ ਜੀ ਵੜਨਾ ਜੇ, ਹੁਣ ਤੁਸੀਂ ਜ਼ਿੰਦਗੀ ਮੌਤ ਦੀ ਬਾਜ਼ੀ ਖੇਡਣੀ, ਇਸੇ ਤਰ੍ਹਾਂ ਹੀ ਐਸੇ। ਬਾਸ਼ਾ ਭਾਈ, ਤੁਸੀਂ ਮਾਸ਼ਾਅੱਲਾ ਚੁੱਪ ਕਰਕੇ ਬੈਠੇ ਹੋ, ਕੋਈ ਗੱਲ ਨਹੀਂ ਕਰ ਰਹੇ, ਤੁਸੀਂ ਮਾਸ਼ਾਅੱਲਾ ਕਬੂਤਰਬਾਜ਼ੀ 'ਚ
ਇਹਨਾਂ ਤਜਰਬਾ ਤੇ ਨਹੀਂ ਰੱਖਦੇ ਜਿੰਨਾ ਤਾਰਕ ਸਾਹਿਬ ਰੱਖਦੇ ਨੇ, ਲੇਕਿਨ ਤੁਸੀਂ ਫਿਰਦੇ ਇਹਨਾਂ ਨਾਲ ਪੂਰੇ ਹੀ ਹੋ, ਪੂਰਾ ਕਾਰੀਗਰ ਸਾਰੇ, ਹੁਣ ਤੁਸੀਂ ਪੂਰੇ ਕਾਰੀਗਰ ਹੋ ਗਏ ਹੋ। ਤਾਰਕ ਭਾਈ ਨੇ ਤੁਹਾਨੂੰ ਨਾ ਮਲਕ ਸਾਹਿਬ ਨੇ ਤੁਹਾਨੂੰ ਕਾਰੀਗਰ ਕਰਤਾ, ਤੇ ਮਾਸ਼ਾਅੱਲਾ ਤੁਸੀਂ ਲਾਹੌਰ ਦੀ ਕਬੂਤਰਬਾਜ਼ੀ ਨੂੰ ਕਿਹੜੇ ਲੈਵਲ ਤੇ ਵੇਖ ਰਹੇ ਹੋ? ਥੋੜਾ ਜਿਹਾ ਨਾ ਤੁਸੀਂ ਲਾਊਡ ਬੋਲ। ਮੈਨੇ ਜਬ ਮਲਕ ਸਾਹਿਬ ਕੇ ਸਾਥ ਮੈਂ ਸ਼ਜੋ ਭੱਟ ਸਾਹਿਬ ਕੇ ਪਾਸ ਜਬ ਗਿਆ, ਗੋ ਭੱਟ ਸਾਹਿਬ ਕੇ ਪਾਸ, ਤੋ ਮੁਝੇ ਕਬੂਤਰਬਾਜ਼ੀ ਸੇ ਪਿਆਰ ਹੋ। ਉਨਕਾ ਰੱਖਨੇ ਕਾ ਅੰਦਾਜ਼, ਉਨਕਾ ਕਬੂਤਰਬਾਜ਼ੀ ਕਰਨੇ ਕਾ ਤਰੀਕਾ, ਫਿਰ ਵੋ ਇੱਕ ਪੜ੍ਹੇ ਲਿਖੇ ਘਰਾਨੇ ਸੇ ਤਲਕ ਰੱਖਤੇ ਹੈ। ਸਹੀ ਬਾਤ, ਵੋ ਇੱਕ ਖੁਦ ਲੈਜੈਂਡ ਹੈ, ਉਨਕੀ ਸਾਰੀ ਫੈਮਿਲੀ ਬਹੁਤ ਪੜ੍ਹੀ ਲਿਖੀ ਹੈ, ਵੋ ਖੁਦ ਵੀ ਪੜ੍ਹੇ ਲਿਖੇ ਹੈ। ਉਨ੍ਹੋਂਨੇ ਆਪਣੀ ਸਾਰੀ ਜ਼ਿੰਦਗੀ ਕਬੂਤਰੋ ਕੋ ਦੇ ਦੀ, ਪਿਛਲੇ 60 ਇਅਰ ਸੇ ਵੋ ਸਟਿਲ ਕਬੂਤਰਬਾਜ਼ੀ ਹੀ ਕਰ ਰਹੇ ਹੈ। ਹਾਂ, ਹਮ ਲੋਗ ਤੋ ਸਾਥ ਕਾਰੋਬਾਰ ਵੀ ਕਰਤੇ ਹੈ, ਪਰ ਵੋ ਕੁਛ ਨਹੀਂ ਕਰਤੇ, ਵੋ ਸਿਰਫ ਕਬੂਤਰਬਾਜ਼ੀ ਹੀ ਕਰਤੇ ਹੈ। ਵਾਹ, ਆਪਨੇ ਸਭ ਕੁਛ ਹੁਣ ਸਹੀ ਸੀ। ਅੱਛਾ ਤਾਰਕ ਸਾਹਿਬ, ਭੱਟ ਸਾਹਿਬ ਦੇ ਜਿਹੜੇ ਕਬੂਤਰ ਹੋਏ ਨੇ ਵੈਸੀ ਬੇਸਿਕ ਤੇ ਸਿਆਲਕੋਟ ਕਬੂਤਰ ਨੇ, ਮੈਨੂੰ ਆਪ ਬਾਜ਼ਾਰ ਤੇ ਖੁਦ ਬਹੁਤ ਜ਼ਿਆਦਾ ਪਸੰਦ ਨੇ, ਲੋਕੀ ਉਹਨਾਂ ਨੂੰ ਮੰਨਦੇ ਨਹੀਂ ਹੈਗੇ। ਮੈਂ ਦੱਸਦਾ ਵਾਂ ਗੱਲ, ਪਤਾ ਕੀ ਏ, ਉਹ ਖਾਲੀ ਸਿਆਲਕੋਟ ਕਬੂਤਰ ਨਹੀਂ ਹੈਗੇ। ਹਾਂ, ਉਹਨਾਂ ਵਿੱਚ 6-6 ਨਸਲਾਂ ਸ਼ਾਮਲ ਨੇ। ਅਸਲ ਤੁਸੀਂ ਅਗਰ ਹਕੀਕਤ ਪੁੱਛਣਾ ਤੇ ਭੱਟ ਸਾਹਿਬ ਨੇ ਰੰਗ ਉਹਨਾਂ ਨੇ ਆਪਣੀ ਮੇਕਿੰਗ ਕੀਤੀ, ਆਪਣਾ ਰੰਗ ਬਣਾਇਆ। ਤੁਸੀਂ ਮੇਰੇ ਨਾਲ ਚਲੋ, ਜੋਨਸਲਾ ਕਬੂਤਰ ਹੋਏਗਾ ਲਾਲ ਅੱਖਾਂ ਦਾ ਹੋਏਗਾ, ਉਹ ਜਿਹੜਾ ਨਹੀਂ ਮੰਨਦਾ ਮੈਦਾਨ ਲਾ ਕੇ ਵੇਖ ਲਵੇ। ਗੱਲ ਸਮਝਦੇ ਹੋ, ਅਸੀਂ ਕਿਸੇ ਨੂੰ ਜ਼ਬਰਦਸਤੀ ਥੋੜੀ ਮਨਾਉਣਾ, ਜਾਂ ਅਸੀਂ ਵੇਚਣੇ ਆ ਜਾਂ ਅਸੀਂ ਪੈਦਾਗੀਰੀ ਕਰਨੀ ਹੈ। ਸਾਡੇ ਸ਼ੌਕ ਪੂਰਾ ਕਰਾਉਂਦੇ ਨੇ ਮਲਕ ਬਲਾਲ, ਇਹਨਾਂ ਨਾਂ ਦਾ ਕਾਪ ਸਟੋਰ ਵਾਲੇ ਦਾ, ਉਹਨਾਂ ਨੂੰ ਪੁੱਛ ਲਵੋ ਕਿ 23 ਸਾਲ ਬੱਚਾ ਉੱਡਿਆ, ਇਹ ਕੀ ਜ਼ਮਾਨ ਹੈ ਫੈਸਲਾਬਾਦ 'ਚ, ਉਹਨੂੰ ਪੁੱਛ ਲਓ। ਮੋਹਿਨ ਨਵਾਜ਼, ਮੈਂ ਜਾਣ ਕੇ ਸਵਾਲ ਹੈ ਕੀਤਾ ਕਿ ਰਾਜੇ ਕਾਕੇ ਨੂੰ ਪੁੱਛ ਲਓ, ਸ਼ਬਰਾਤੀ ਕਿਹਦੇ ਉੱਡੇ ਨੇ। ਸਹੀ ਗੱਲ, ਕਉ ਭੱਟ ਸਾਹਿਬ ਦੇ ਐਸੇ ਤਰ੍ਹਾਂ। ਮੋਹਿਨ ਨਵਾਜ਼ ਕੋ ਮਨੂੰ ਕਸਮ ਚਕਾ ਕੇ ਪੁੱਛੋ ਕਿਹਦੇ ਬੱਚੇ ਉੱਡੇ ਨੇ, ਕਉ ਭੱਟ ਦੇ, ਰਾਜੀ ਜ਼ਮਾਨ ਨੂੰ ਪੁੱਛੋ ਫੈਸਲਾਬਾਦ 'ਚ ਕਿਹਦੇ ਉੱਡੇ ਨੇ। ਉਸ ਦਿਨ ਤੁਹਾਨੂੰ ਇੰਟਰਵਿਊ 'ਚ ਉਹਨਾਂ ਨੇ ਕਿਹਾ ਨੀ, ਇਹ ਘੱਟਦੇ ਨੇ ਤੇ ਅਸੀਂ ਉਡਾਉਂਦੇ ਹਾਂ। ਗੱਲ ਪਤਾ ਕੀ ਹੈ, ਮੰਨਣਾ ਸਿਰ ਰੱਬ ਦੀ ਜ਼ਾਤ ਨੂੰ ਚਾਹੀਦਾ, ਜਿਹੜੇ ਜਿਹਨੇ ਸਾਨੂੰ ਪੈਦਾ ਕੀਤਾ। ਇਹ ਫਨ ਨੇ ਜਿਹਨੂੰ ਅੱਲਾਹ ਤਾਲਾ ਨੇ ਅਤਾ ਕਰ ਦਿੱਤਾ, ਤੇ ਉਹ ਕਉ ਭੱਟ ਸਾਹਿਬ ਦੀ ਤੇ ਗੱਲ ਹੈ, ਤੇ ਅਸੀਂ ਜ਼ਬਰਦਸਤੀ ਤੁਹਾਨੂੰ 2-4 ਇੰਟਰਵਿਊ ਕਰਾਏ। ਕਉ ਭੱਟ ਸਾਹਿਬ ਤੇ ਕਿਸੇ ਨੂੰ ਇੰਟਰਵਿਊ ਨਹੀਂ ਦਿੱਤੇ, ਉਹਨਾਂ ਨੇ ਆਪਣੇ ਸ਼ੌਕ ਵਾਸਤੇ ਰੱਖੇ, ਦੁਨੀਆ ਉਹਨਾਂ ਦੀ ਫੈਨ ਹੈ। ਸਹੀ ਗੱਲ, ਅਸੀਂ ਆਪ ਉਹਨਾਂ ਦੇ ਬਹੁਤ ਵੱਡੇ ਫੈਨ ਆ। ਦੇਖੋ ਜੀ, ਇੱਕ ਮੈਂ ਗੱਲ ਹੋਈ ਸੀ ਭੱਟ ਸਾਹਿਬ ਦੀ, ਉਸਤਾਦ ਜੀ ਮੈਂ ਜਦੋਂ ਭੱਟ ਸਾਹਿਬ ਦਾ ਸ਼ਾਗਿਰਦ ਹੋਇਆ ਨਾ, ਜਾ ਕੇ ਮੈਂ ਪਹਿਲੇ ਹੀ ਉਸਤਾਦ ਸਾਂ, ਤੇ ਲੇਕਿਨ ਮੈਂ ਕਹਿੰਦੇ ਨੇ ਕਿ ਬੰਦੇ ਨੂੰ ਨਾ ਪੜ੍ਹਨ ਵਾਸਤੇ ਬੜੀ ਬੜੀ ਬਾਹਰ ਵੀ ਜਾਣਾ ਪੈ ਜਾਂਦਾ, ਤੇ ਮੈਨੂੰ ਇਹ ਯੂਨੀਵਰਸਿਟੀ ਬੜੀ ਅੱਛੀ ਲੱਗੀ, ਤੇ ਮੈਂ ਕਿਹਾ ਕਿ ਉਹਨਾਂ ਦਾਖਲਾ ਲਵਾਂ ਤੇ ਇੱਥੋਂ ਵੀ ਕੋਈ ਰਹਿਨੁਮਾਈ ਮਿਲ ਜਾਵੇ ਮੈਨੂੰ। ਮੈਂ ਤੇ ਆਪਣੀ ਜ਼ਿੰਦਗੀ 'ਚ ਸਾਰੀ 'ਚ ਝੂਠ ਬੋਲ ਲਈ ਉਸਤਾਦ ਵੇਖੇ ਨੇ, ਤੇ ਕਬੂਤਰਬਾਜ਼ ਤਾਂ ਹੁੰਦਾ ਹੀ ਝੂਠਾ। ਤੁਸੀਂ ਯਕੀਨ ਕਰਨਾ, ਅਸੀਂ ਵੀ ਝੂਠੇ ਸਾਂ, ਅਸੀਂ ਵੀ ਕਿਸੇ ਵਕਤ ਆਪਣੇ ਕਬੂਤਰਾਂ ਦੀ ਸਿਫਤ ਕਰਨ ਵਾਸਤੇ ਝੂਠ ਬੋਲ ਦਿੰਦੇ ਹਾਂ। ਅਸੀਂ ਜੋ ਭੱਟ ਸਾਹਿਬ ਕੋ ਗਏ ਆ ਨਾ, ਤੇ ਉਹਨਾਂ ਨੇ ਪਹਿਲੇ ਕੁਰਾਨ ਮਾਨ ਵਿੱਚ ਰੱਖ ਦਿੱਤਾ, ਉਹਨਾਂ ਨੇ ਸਾਨੂੰ ਬਦਲ ਦਿੱਤਾ। ਉਹਨੇ ਕਿਹਾ ਭਾਈ ਜੇ ਝੂਠ ਬੋਲਣਾ ਤੇ ਕਬੂਤਰਬਾਜ਼ੀ ਨਾ ਕਰੋ, ਬਦਲ ਦਈਏ ਉਹਨਾਂ ਨੇ ਕੋਈ, ਜੇ ਕਬੂਤਰਬਾਜ਼ੀ ਕਰਨੀ ਆ ਕਿੱਥੇ ਚੱਲਾ, ਜਲਦੀ ਆ, ਜੇ ਕਬੂਤਰਬਾਜ਼ੀ ਕਰਨੀ ਹੈ ਤੇ ਸੱਚ ਬੋਲਣਾ ਜੀ। ਸਹੀ ਗੱਲ, ਤੇ ਭਾਈ ਸੱਚ ਤੇ ਇਹ ਜੇ ਕਿ ਜਿਹੜਾ ਉੱਡ ਗਿਆ ਉਹ ਸਿਕੰਦਰ ਹੈ, ਗੱਲ ਸਮਝਦੇ ਹੋ, ਤੇ ਬਾਕੀ ਭਾਈ ਅਸੀਂ ਕਉ ਭੱਟ ਤੋਂ ਅੱਗੇ ਕੋਈ ਉਸਤਾਦ ਨਹੀਂ। ਐਸੀ ਅੱਲਾ ਨੇ ਉਹਨਾਂ ਦੇ ਪੈਰ 'ਚ ਬਰਕਤ ਪਾਈ ਹੈ ਕਿ ਸਿਰਫ ਸੱਚਾਈ ਦੀ ਵਜ੍ਹਾ ਤੋਂ। ਤੁਸੀਂ ਯਕੀਨ ਕਰਨਾ, ਇੰਝ ਕਰਕੇ 2 ਬੱਚੇ ਕਿਸੇ ਨੂੰ ਫੜਾਏ ਤੇ ਬੰਦਾ ਲੈ ਕੇ ਚਲੇ ਗਿਆ, ਤੇ ਕਹਿੰਦਾ ਜਾ ਤੇਰੇ ਵਾਸਤੇ 2 ਹੀ ਬਣੇ ਨੇ, ਤੇ ਯਕੀਨ ਕਰਨਾ ਬਾਅਦ 'ਚ ਹੱਥ ਚੁੱਕ ਕਹਿੰਦਾ ਯਾ ਅੱਲਾ ਤੂੰ ਇੱਜ਼ਤ ਰੱਖੀ ਮੇਰੀ, ਮੈਂ ਤੇ ਆਪਣੇ ਨੂੰ ਸਿਫਤਾਂ ਕਰਕੇ ਭੇਜ ਦਿੱਤੇ ਨੇ। ਤੁਸੀਂ ਯਕੀਨ ਕਰਨਾ, ਇੱਕ ਬੱਚਾ 2-2 ਦਿਨ ਉੱਡਿਆ, ਇੱਕ ਬੱਚਾ ਸ਼ਾਮ ਬੈਠਾ ਐਚ ਏਤਰ ਦੇ ਵਿੱਚ, ਉਹਨਾਂ ਨੇ ਦੋਵੇਂ ਕੱਟ ਲਏ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਰਹਿ ਗਏ ਨੇ। ਅਤੇ ਜਦੋਂ ਅਸੀਂ ਇੱਕ ਦਿਨ ਬਾਜ਼ੀ ਵਾਲੇ ਦਿਨ ਗਏ ਤਾਂ ਦੋਵੇਂ ਇਕੱਠੇ ਗਏ, ਅਤੇ ਉਹਨੇ ਕਿਹਾ ਉਸਤਾਦ ਜੀ ਇਹ ਉੱਡਦੇ ਹੀ ਬੜੇ ਸੀ, ਮੇਰਾ ਦਿਲ ਬੇਈਮਾਨ ਹੋ ਗਿਆ, ਗੱਲ ਸਮਝਦੇ ਹੋ। ਅਤੇ ਭਾਈ ਜੀ ਇਹ ਤਾਂ ਇੱਦਾਂ ਵੇਖੋ, ਕੋਈ ਦੁਨੀਆ ਦੇ ਉਸਤਾਦ ਮੈਨੂੰ ਵਹਾਓ 3 ਮਹੀਨੇ ਦੀ ਕਬੂਤਰਬਾਜ਼ੀ ਕਰੇ, ਵਿਸਾਖ 'ਚ ਹਾੜ ਦੀਆਂ ਬਾਜ਼ੀਆਂ ਲਾਵੇ, ਤੇ ਬੱਚੇ ਲਿਆ ਕੇ ਛੱਡਣੇ ਨਾ ਲੈ, ਭਲਾ ਕਿਵੇਂ ਦੇ ਪਿੰਜਰੇ, ਲੋਹੇ ਦੇ ਪਿੰਜਰੇ ਜਿਹੜੇ ਤੋਤੇ ਵਾਲੇ ਨਹੀਂ ਹੁੰਦੇ, ਉਹਨਾਂ ਦੇ ਵਿੱਚ ਬੱਚੇ ਲਿਆ ਕੇ 40 ਛੱਡੇ, ਤੇ 3 ਮਹੀਨੇ ਅਜੇ ਹਾੜ ਦੇ 7 ਬਾਜ਼ੀਆਂ ਜੇ ਤਲੀਆਂ, ਤਰੀਕ ਰਕਮ ਕੀਤੀ ਜੇ ਸ਼ਾਦ ਬਾਗ 'ਚ, ਸਮਝਦੇ ਕੋਕੀ ਬੜ ਦੀ ਛੱਤ ਐਸੇ ਤਰ੍ਹਾਂ। ਔਰ ਸਾਹ ਜੀ ਅੱਜ ਜਿਹੜੇ ਤੁਸੀਂ ਮਾਸ਼ਾਅੱਲਾ ਕਬੂਤਰ ਵਹਾਓਗੇ ਉਹ ਵੀ ਤੁਹਾਡੇ ਖੁੱਡੇ ਦੇ ਕਿੰਗ ਕਬੂਤਰ ਨੇ, ਔਰ ਤੁਸੀਂ ਦੱਸ ਰਹੇ ਸੀਗੇ ਇਹਨਾਂ ਸਾਹਿਬ ਦੇ ਸਾਰੇ ਕਬੂਤਰ, ਔਰ ਇਹਨਾਂ ਦੇ ਪੱਠੀਆਂ ਪੱਠੇ ਵੀ ਅਵੇਲੇਬਲ ਹੈਗੇ ਨੇ, ਤੇ ਆਪਣਾ ਨੰਬਰ ਇੱਕ ਦਵਾਰ ਰਿਪੀਟ ਕਰ ਦਿਓ, ਮੈਂ ਥੰਬਨੇਲ ਦੇ ਉੱਤੇ ਵੀ ਲਾ ਲਵਾਂਗਾ। 0 3 23
इंटरव्यू वीडियो नेक्स्ट वीडियो जरूर वेखना। हुण चलिए शौक नाल खुदा हाफिज़।